ਧੰਨ ਵਾਹਿਗੁਰੂ ਸਾਹਿਬ ਜੀ। ਪ੍ਰਭ ਕਾ ਸਿਮਰਨ ਸਭ ਤੇ ਉੱਚਾ, ਪ੍ਰਭ ਕੈ ਸਿਮਰਨ ਉਧਰੇ ਮੂਚਾ, ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੁਝੈ, ਪ੍ਰਭ ਕੈ ਸਿਮਰਨ ਸਭ ਕਿਛ ਸੁਝੈ, ਪ੍ਰਭ ਕੈ ਸਿਮਰਨ ਨਾਹੀ ਜਮ ਤ੍ਰਾਸ, ਪ੍ਰਭ ਕੈ ਸਿਮਰਨ ਪੂਰਨ ਆਸਾ, ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ, ਅੰਮ੍ਰਿਤ ਨਾਮ ਰਿਧ ਮਾਹੇ ਸਮਾਏ, ਪ੍ਰਭ ਜੀ ਬਸਹੇ ਸਾਧ ਕੀ ਰਸਨਾ, ਨਾਨਕ ਜਨ ਕਾ ਦਾਸਨ ਦਸਨਾ, ਪ੍ਰਭ ਜੀ ਬਸਹੇ ਸਾਧ ਕੀ ਰਸਨਾ, ਨਾਨਕ ਜਨ ਕਾ ਦਾਸਨ ਦਸਨਾ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਖਸ਼ਿਸ਼ ਕਿਰਪਾ ਨਾਲ ਜਿੱਥੇ ਆਪ ਜੀ ਨੇ ਸ਼ਾਮਾਂ ਦੇ ਦੀਵਾਨ ਦੇ ਵਿੱਚ ਹਾਜ਼ਰੀਆਂ ਭਰਦਿਆਂ ਹੋਇਆਂ ਗੁਰਬਾਣੀ ਪਾਠ ਅਤੇ ਸਤਿਕਾਰਯੋਗ ਜਥੇ ਪਾਸੋਂ ਕੀਰਤਨ ਸ਼੍ਰਵਣ ਕੀਤਾ ਹੈ, ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੀ ਮੁਬਾਰਕ ਬਾਣੀ ਸੁਖਮਨੀ ਸਾਹਿਬ ਜੀ ਦੇ ਪਹਿਲੀ ਅਸ਼ਟਪਦੀ ਦੇ ਚੌਥੇ ਪਦੇ ਦਾ ਪਾਠ ਆਪ ਜੀ ਨੇ ਸ਼੍ਰਵਣ ਕੀਤਾ ਹੈ। ਵਿਚਾਰ ਅਧੀਨ ਪਦੇ ਦੀ ਸਾਂਝ ਪਾਉਣ ਤੋਂ ਪਹਿਲਾਂ ਕਲਗੀਧਰ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਵੱਲੋਂ ਬਖਸ਼ਿਸ਼ ਕੀਤੀ ਹੋਈ ਫਤਿਹ ਬੜੇ ਪਿਆਰ ਅਤੇ ਅਦਬ ਦੇ ਵਿੱਚ ਸਾਂਝੀ ਕਰਦਿਆਂ ਹੋਇਆ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਦੇਵ ਮਹਾਰਾਜ ਜੀ ਨੇ ਇਸ ਮੁਬਾਰਕ ਬਾਣੀ ਦੇ ਵਿੱਚ ਜਿੱਥੇ ਜੀਵਨ ਦੇ ਨਾਲ ਜੁੜੇ ਹੋਏ ਵੱਖ ਵੱਖ ਅਹਿਮ ਪਹਿਲੂ ਸਾਂਝੇ ਕੀਤੇ ਨੇ, ਪਹਿਲੇ ਸਲੋਕ ਅਤੇ ਪਹਿਲੀ ਅਸ਼ਟਪਦੀ ਦੇ ਵਿੱਚ ਹੀ ਕਰਤੇ ਵਾਹਿਗੁਰੂ ਦੇ ਸਿਮਰਨ ਦਾ ਗੁਰੂ ਮਹਾਰਾਜ ਜੀ ਨੇ ਬੜੇ ਵਿਸਥਾਰ ਦੇ ਨਾਲ ਹਰ ਇੱਕ ਪੱਖ ਨੂੰ ਧਿਆਨ ਦੇ ਵਿੱਚ ਰੱਖਦਿਆਂ ਹੋਇਆਂ ਉਹਦਾ ਵਿਸਥਾਰ ਕੀਤਾ। ਸਿਮਰਨ ਦਾ ਅਸੀਂ ਅਰਥ ਭਾਵ ਮਾਇਨਾ ਸਾਂਝਾ ਕੀਤਾ ਸੀ ਕਿ ਅਕਾਲ ਪੁਰਖ ਵਾਹਿਗੁਰੂ ਜੀ ਦੇ ਗੁਣਾਂ ਦੀ ਯਾਦ, ਉਹਦੇ ਪਰਉਪਕਾਰ ਨੂੰ ਚੇਤੇ ਕਰ ਲੈਣਾ, ਉਸਦੀ ਹੋਂਦ ਨੂੰ ਅੰਦਰ ਸਵੀਕਾਰ ਕਰ ਲੈਣਾ, ਇਸ ਨੂੰ ਗੁਰੂ ਮਹਾਰਾਜ ਨੇ ਬਾਣੀ ਦੇ ਵਿੱਚ ਸਿਮਰਨ ਕਿਹਾ, ਪ੍ਰਭ ਕਾ ਸਿਮਰਨ। ਬਾਕੀ ਸਾਰੇ ਸਿਮਰਨ ਨਾਲੋਂ, ਯਾਦ ਨਾਲੋਂ ਇਹ ਸਿਮਰਨ ਮਨੁੱਖੀ ਜੀਵਨ ਲਈ ਬੜਾ ਜ਼ਰੂਰੀ ਹੈ। ਬਾਕੀ ਸਾਰੇ ਸਿਮਰਨ ਚੱਲ ਰਹੇ ਨੇ ਬੰਦੇ ਦੇ ਅੰਦਰ, ਹਰ ਇੱਕ ਚੀਜ਼ ਦੀ ਯਾਦ ਚੱਲ ਰਹੀ ਹੈ। ਕਬੀਰ ਸਾਹਿਬ ਜੀ ਦੇ ਜਦੋਂ ਸਲੋਕਾਂ ਦਾ ਪਾਠ ਕਰਦੇ ਹਾਂ ਤਾਂ ਉਸ ਵਿੱਚ ਉਹਨਾਂ ਨੇ ਇੱਕ ਗੱਲ ਆਖੀ ਹੈ, ਉਹ ਕਹਿੰਦੇ ਕਾਮ ਪਰੇ ਹਰ ਸਿਮਰੀਐ ਐਸਾ ਸਿਮਰੋ ਨਿਤ। ਕਈ ਵਾਰੀ ਅਜਿਹਾ ਵੀ ਹੁੰਦਾ ਹੈ ਕਿ ਸਾਰੇ ਕੰਮ ਤਾਂ ਅਸੀਂ ਕਰ ਰਹੇ ਹਾਂ ਚੇਤੇ ਨੇ, ਪਰ ਜਦੋਂ ਰੱਬ ਵੀ ਚੇਤੇ ਕਰਦੇ ਹਾਂ ਤਾਂ ਉਦੋਂ ਵੀ ਲੋੜ ਕਰਕੇ ਕਰਦੇ ਹਾਂ, ਸਾਡੀ ਜ਼ਰੂਰਤ ਹੋ ਜਾਂਦੀ ਹੈ, ਬਣ ਜਾਂਦੀ ਹੈ, ਤਾਂ ਹੀ ਅਸੀਂ ਰੱਬ ਰੱਬ ਕਰਦੇ ਹਾਂ। ਬਿਨਾਂ ਗਰਜ਼ਾਂ ਤੋਂ, ਬਿਨਾਂ ਲੋੜਾਂ ਤੋਂ, ਬਿਨਾਂ ਲੋਭ ਲਾਲਚ ਅਤੇ ਸਵਾਰਥ ਤੋਂ ਅਸੀਂ ਰੱਬ ਵੀ ਯਾਦ ਕਰਨ ਨੂੰ ਤਿਆਰ ਨਹੀਂ ਹੁੰਦੇ। ਕਬੀਰ ਸਾਹਿਬ ਕਹਿੰਦੇ ਕਾਮ ਪਰੈ ਹਰ ਸਿਮਰੀਐ, ਕਬੀਰ ਕਾਮ ਪਰੈ ਹਰ ਸਿਮਰੀਐ, ਜੇ ਲੋੜ ਪੈ ਗਈ ਤਾਂ ਹਰੀ ਦਾ ਸਿਮਰਨ ਕਰ ਲਿਆ, ਯਾਦ ਕਰ ਲਿਆ ਉਹਨੂੰ,
ਮੰਨ ਲਓ ਕੋਈ ਪ੍ਰੋਬਲਮ ਆ ਗਈ, ਬਿਮਾਰੀ ਆ ਗਈ, ਅਤੇ ਅਸੀਂ ਉਹਨੂੰ ਯਾਦ ਕਰਕੇ ਆਖਿਆ ਮਾਲਕਾ ਬਚਾਈ ਇਹਦੇ ਵਿੱਚੋਂ। ਕੋਈ ਤਕਲੀਫ ਆ ਗਈ ਜੀਵਨ ਦੇ ਵਿੱਚ, ਕੋਈ ਸਮੱਸਿਆ ਬਣ ਗਈ, ਅਤੇ ਅਸੀਂ ਉਹਨੂੰ ਯਾਦ ਕੀਤਾ। ਉਹ ਵੀ ਕਰਨਾ ਚਾਹੀਦਾ, ਇੱਦਾਂ ਨਹੀਂ ਕਿ ਤਕਲੀਫ ਵੇਲੇ ਅਸੀਂ ਉਹਨੂੰ ਯਾਦ ਨਹੀਂ ਕਰਨਾ। ਕਬੀਰ ਸਾਹਿਬ ਕਹਿੰਦੇ ਤੇ ਤੂੰ ਕਰਦਾ ਹੀ ਹੈ, ਇਹ ਤਾਂ ਤੇਰੀ ਜਿੱਥੇ ਲੋੜ ਅਤੇ ਜ਼ਰੂਰਤ ਦਿਖ ਜਾਂਦੀ ਹੈ ਉੱਥੇ ਤੇਰੇ ਮੂੰਹ ਆਪਣੇ ਆਪ ਹੀ ਰੱਬ ਰੱਬ ਨਿਕਲ ਆਉਂਦਾ, ਔਰ ਅੰਤਰਾਤਮੇ ਦੇ ਵਿੱਚੋਂ ਤੂੰ ਫਿਰ ਯਾਦ ਕਰਦਾ। ਉਦੋਂ ਹੀ ਬੰਦਾ ਅਸਲ ਦੇ ਵਿੱਚ ਅੰਦਰੋਂ ਅਰਦਾਸ ਕਰਦਾ, ਇੱਕ ਹੂਕ ਭਰ ਕੇ ਕਰਤੇ ਵਾਹਿਗੁਰੂ ਦੇ ਅੱਗੇ ਜੋਦੜੀਆਂ ਕਰ ਰਿਹਾ ਹੁੰਦਾ। ਕਬੀਰ ਕਾਮ ਪਰੇ ਹਰ ਸਿਮਰੀ ਹੈ ਐਸਾ ਸਿਮਰੋ ਨਿਤ, ਜੇ ਇੱਦਾਂ ਦਾ ਦਿਲੋਂ ਪਿਆਰ ਦੇ ਨਾਲ ਹਮਦਰਦੀ ਰੱਖਦਿਆਂ ਹੋਇਆਂ ਤੂੰ ਅਗਰ ਰੋਜ਼ ਹੀ ਚੇਤੇ ਰੱਖ ਲੈ, ਹਰ ਵਕਤ ਹੀ ਯਾਦ ਕਰ ਲੈ, ਤਾਂ ਵੇਖ ਜੀਵਨ ਕਿੱਡਾ ਬਿਹਤਰ ਬਣੇਗਾ, ਸੋਹਣਾ ਬਣ ਜਾਏਗਾ। ਅੰਬਰਾਪੁਰ ਬਾਸਾ ਕਰੋ ਹਰ ਗਿਆ ਬਹੋਰੇ ਬਿੱਤ, ਜਿਹੜੇ ਜੰਜਾਲ ਦੇ ਵਿੱਚ ਤੂੰ ਫਸ ਕੇ ਆਪਣੇ ਚੰਗੇ ਗੁਣ ਗਵਾਈ ਬੈਠਾ ਨਾ, ਕਰਤੇ ਨੂੰ ਗੁਣਾ ਕਰਕੇ ਅਗਰ ਯਾਦ ਕਰੇਗਾ ਉਹ ਕਰਤਾ ਸਾਰੇ ਗੁਣ ਤੇਰੇ ਅੰਦਰ ਭਰ ਦੇਗਾ, ਤੈਨੂੰ ਪਰਤਾ ਦੇਗਾ, ਤੇਰੇ ਅੰਦਰ ਪ੍ਰਗਟ ਕਰ ਦੇਗਾ, ਜ਼ਾਹਰ ਕਰ ਦੇਗਾ। ਗੁਰੂ ਮਹਾਰਾਜ ਨੇ ਬਾਣੀ ਦੇ ਵਿੱਚ ਇਸੇ ਕਰਕੇ ਗੱਲ ਆਖੀ, ਇਹ ਕਹਿੰਦੇ ਨੇ ਜਿੱਦਾਂ ਦਾ ਬੰਦਾ ਚਿੰਤਨ ਕਰਦਾ ਨਾ, ਜਿਸ ਵੀ ਚੀਜ਼ ਦਾ ਉਹ ਮੰਥਨ ਕਰਦਾ, ਚਿੰਤਨ ਕਰਦਾ, ਜਿਹਨੂੰ ਯਾਦ ਕਰਦਾ, ਉੱਦਾਂ ਦਾ ਹੌਲੀ ਹੌਲੀ ਕਰਕੇ ਉਹਦਾ ਆਪਣਾ ਸਰੂਪ ਵੀ ਬਣ ਜਾਂਦਾ। ਜਿਹੜੀ ਵੀ ਚੀਜ਼ ਦਾ ਬੰਦਾ ਚਿੰਤਨ ਕਰ ਰਿਹਾ ਨਾ, ਮੰਨ ਲਓ ਕਿ ਕਿਸੇ ਪੱਥਰ ਨੂੰ ਹੀ ਬੰਦਾ ਯਾਦ ਕਰਦਾ, ਪੱਥਰ ਦੀ ਮੂਰਤੀ ਰੱਖ ਕੇ ਪੱਥਰ ਦਾ ਹੀ ਚਿੰਤਨ ਕਰੀ ਜਾਂਦਾ, ਹੌਲੀ ਹੌਲੀ ਕਰਕੇ ਬੰਦੇ ਦਾ ਮਨ ਪੱਥਰ ਹੀ ਹੋ ਜਾਂਦਾ, ਉਹਦਾ ਮਨ ਕੋਮਲ ਨਹੀਂ ਹੋ ਸਕਦਾ, ਉਹਦਾ ਮਨ ਕਿਸੇ 'ਤੇ ਪਿਘਲ ਨਹੀਂ ਸਕਦਾ। ਬਾਣੀ ਕਹਿੰਦੀ ਜੈਸਾ ਸੇਵੇਂ ਤੈਸਾ ਹੋਏ, ਜਿੱਦਾਂ ਦਾ ਤੂੰ ਸੇਵ ਰਿਹਾ, ਜਿਹੜੀ ਚੀਜ਼ ਨੂੰ ਤੂੰ ਆਪਣੀ ਸੁਰਤ ਵਿੱਚ ਭਾਰੂ ਕਰੇਗਾ ਉੱਦਾਂ ਦਾ ਹੀ ਅਮਲ ਬਣੇਗਾ। ਜਿਹੜੀ ਚੀਜ਼ ਸਾਡੀ ਸੋਚ ਦੇ ਉੱਤੇ ਵਿਚਾਰਾਂ ਦੇ ਉੱਤੇ ਭਾਰੂ ਹੁੰਦੀ ਹੈ ਨਾ, ਅਸੀਂ ਉੱਦਾਂ ਦੇ ਵਿਹਾਰ ਕਰਨ ਲੱਗ ਪੈਂਦੇ ਹਾਂ, ਉੱਦਾਂ ਦਾ ਸਾਡਾ ਸੁਭਾਅ ਬਣਨ ਲੱਗ ਪੈਂਦਾ। ਇੱਦਾਂ ਜਦੋਂ ਕਰਤੇ ਦੇ ਗੁਣਾਂ ਨੂੰ ਤੂੰ ਯਾਦ ਕਰੇਗਾ, ਉਹਦੇ ਹੁਕਮ ਦਾ ਧਿਆਨ ਰੱਖੇਗਾ, ਅਤੇ ਤੂੰ ਹੌਲੀ ਹੌਲੀ ਹੁਕਮੀ ਬਣ ਜਾਏਗਾ। ਹੁਕਮ ਮੰਨੇ ਹੋਵੇ ਪ੍ਰਵਾਨ, ਪ੍ਰਵਾਨ ਤਾਂ ਹੀ ਚੜੇਗਾ ਜੇ ਹੁਕਮ ਨੂੰ ਕਬੂਲ ਕਰੇਗਾ। ਤੂੰ ਇਸ ਗੱਲ ਦਾ ਧਿਆਨ ਰੱਖ, ਸਿਮਰਤੀ ਇਸ ਗੱਲ ਦੀ ਕਰ, ਯਾਦ ਰੱਖ ਕਿ ਉਸ ਦਾ ਨਿਯਮ ਕੀ ਹੈ, ਅਟਲ ਬਜਵੇਂ ਨਿਯਮ ਕੀ ਨੇ, ਉਸ ਕਰਤੇ ਦੇ ਗੁਣ ਕੀ ਆਖਦੇ ਨੇ, ਉਹਦੇ ਪਰਉਪਕਾਰ ਕੀ ਨੇ, ਉਹਦਾ ਸੁਭਾਅ ਕਿਹੋ ਜਿਹਾ, ਤੂੰ ਬਸ ਇਸੇ ਚੀਜ਼ ਦਾ ਮੰਥਨ ਕਰੀ ਚੱਲ। ਹੁਣ ਇਹਦਾ ਸਭ ਤੋਂ ਸੌਖਾ ਅਤੇ ਸਰਲ ਤਰੀਕਾ ਕੀ ਹੈ, ਕੀ ਢੰਗ ਹੈ ਭਲਾ? ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਪਾਠ, ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ਬਦ, ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲਿਖੀਆਂ ਬਾਣੀਆਂ ਉਹ ਕਰਤੇ ਦਾ ਸੁਭਾਅ ਹੀ ਪ੍ਰਗਟ ਕਰਦੀਆਂ ਨੇ, ਉਸ ਵਾਹਿਗੁਰੂ ਦੇ ਹੁਕਮ ਦਾ ਖੁਲਾਸਾ ਹੀ ਕਰਦੀਆਂ ਨੇ। ਬਸ ਤੂੰ ਉਹ ਬਾਣੀ ਨੂੰ ਨੀਅਤ ਨਾਲ ਪੜ੍ਹ, ਮਨ ਕਰਕੇ ਪੜ੍ਹ, ਲਗਨ ਨਾਲ ਪੜ੍ਹ, ਅਰਥਾਂ ਸਮੇਤ ਪੜ੍ਹ, ਤੈਨੂੰ ਹੋਰ ਕੋਈ ਮੈਡੀਟੇਸ਼ਨ ਦੀ ਲੋੜ ਥੋੜ੍ਹ ਨਹੀਂ ਰਹਿ ਜਾਏਗੀ। ਤੈਨੂੰ ਇੱਦਾਂ ਲੱਗੇਗਾ ਜਿਵੇਂ ਮੈਂ ਰੱਬ ਨੂੰ ਮੁਖਾਤਬ ਹੋ ਕੇ ਉਹਦੇ ਨਾਲ ਗੱਲਾਂ ਕਰਦਿਆ ਹਾਂ। ਹੁਣ ਦੇਖੋ ਜਦੋਂ ਆਪਾਂ ਇਹ ਪੰਕਤੀ ਕਹਿੰਦੇ ਹਾਂ ਗੁਰਾ ਇੱਕ ਦੇ ਬੁਝਾਈ, ਕਿਹਨੂੰ ਕਹਿ ਰਹੇ ਹਾਂ ਆਪਾਂ ਪਾਠ ਕਰਨ ਲੱਗੇ ਹਾਂ ਗੁਰਾ? ਜੇ ਤੇ ਰੈਪੀਟੇਸ਼ਨ ਹੈ, ਜੇ ਤੇ ਖਾਨਾ ਪੂਰਤੀ ਕਰ ਰਹੇ ਹਾਂ, ਫਿਰ ਤੇ ਖਿਮਾ ਕਰ ਦਿਓ, ਜੇ ਕੋਈ ਫੀਲਿੰਗ ਨਹੀਂ ਆਉਣੀ ਕਹਿਣ ਲੱਗੇ ਹਾਂ। ਗੁਰੂ ਨਾਨਕ ਸਾਹਿਬ ਨੇ ਸੰਬੋਧਿਤ ਕਰਕੇ ਆਖਿਆ ਗੁਰਾ ਇੱਕ ਦੇ ਬੁਝਾਈ, ਹੇ ਗੁਰਾ ਗੁਰੂ ਇੱਕ ਗੱਲ ਸਮਝਾ ਦੇ, ਬੁਝਾ ਦੇ, ਮੇਰੇ ਅੰਦਰ ਇਹ ਜਿਹੜਾ ਤਾਣਾ ਬੁਣਾ ਹੈ ਨਾ ਉਲਝਣਾ ਨੇ, ਇਹ ਖੋਲ ਦੇ, ਇੱਕ ਗੱਲ ਚੰਗੀ ਤਰ੍ਹਾਂ ਮੇਰੇ ਅੰਦਰ ਖੋਲ ਦੇ, ਬੁਝਾ ਦੇ। ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ, ਜਿਹੜਾ ਸਾਰਿਆਂ ਦਾ ਇੱਕੋ ਹੀ ਦਾਤਾ ਹੈ ਉਹ ਮੈਨੂੰ ਭੁੱਲੇ ਨਾ, ਵਿਸਰੇ ਨਾ, ਇਹ ਕਿੱਦਾਂ ਸੰਭਵ ਹੋ ਸਕਦਾ ਗੱਲ ਮੈਨੂੰ ਬੁਝਾ ਦੇ ਚੰਗੀ ਤਰ੍ਹਾਂ। ਹੁਣ ਇਹ ਗੱਲ ਸੰਬੋਧਿਤ ਕੀਤੇ ਹੀ ਹੋਈ ਹੈ ਗੁਰਾ, ਇਹਦਾ ਮਤਲਬ ਸੈਕਿੰਡ ਕੋਈ ਅਜਿਹੀ ਸ਼ਖਸੀਅਤ ਹੈ ਜਿਹਨੂੰ ਤੁਸੀਂ ਸੰਬੋਧਿਤ ਹੋ ਰਹੇ ਹੋ। ਜਦੋਂ ਗੁਰੂ ਮਹਾਰਾਜ ਨੇ ਪਰਮੇਸ਼ਵਰ ਨਾਲ ਵੀ ਗੱਲਾਂ ਕੀਤੀਆਂ ਨਾ, ਗੁਰੂ ਰਾਮਦਾਸ ਮਹਾਰਾਜ ਦਾ ਇੱਕ ਸ਼ਬਦ ਹੁੰਦਾ ਹੈ ਉਦਾਹਰਣ ਤੌਰ 'ਤੇ, ਬੇਅੰਤ ਸ਼ਬਦ ਹਨ ਇੱਦਾਂ ਬਾਣੀ 'ਚ, ਕਹਿੰਦੇ ਢਾਡੀ ਕੋ ਮਹਿਲ ਬੁਲਾਵੈ। ਢਾਡੀ ਵੈਸੇ ਸ਼ਬਦ ਜਿਹੜਾ ਨਾ ਇਹ ਸਿਫਤ ਕਰਨ ਵਾਲੇ ਲਈ ਹੈ, ਹੌਲੀ ਹੌਲੀ ਕਰਕੇ ਜਿਹੜੇ
ਢਾਡ ਵਜਾਉਣ ਲੱਗ ਪਏ, ਵਾਰਾਂ ਗਾਉਂਦੇ, ਉਹਨਾਂ ਨੂੰ ਵੀ ਅਸੀਂ ਢਾਡੀ ਕਹਿੰਦੇ ਹਾਂ। ਪਰ ਬਾਣੀ ਦੇ ਵਿੱਚ ਢਾਡੀ ਕਿਹਾ ਗਿਆ ਕਰਤੇ ਦੀ ਸਿਫਤ ਗਾਉਣ ਵਾਲਾ, ਉਹਦੇ ਗੁਣਾਂ ਨੂੰ ਬਿਆਨ ਕਰਨ ਵਾਲਾ। ਕਹਿੰਦੇ ਅਰਦਾਸ, ਢਾਡੀ ਨੇ ਕੀ ਕੀਤਾ, ਅਰਦਾਸ ਕੀਤੀ, ਇੱਕ ਅਰਜੋਈ ਕੀਤੀ ਅਤੇ ਮਾਲਕ ਨੇ ਕਿਤੇ ਸੁਣ ਲਈ। ਗੁਰੂ ਰਾਮਦਾਸ ਮਹਾਰਾਜ ਕਹਿੰਦੇ ਨੇ, ਉਹ ਕਹਿੰਦਾ ਉਰਾਂ ਆ, ਤੂੰ ਮੇਰੇ ਕੋਲ ਆ, ਢਾਡੀ ਕੋ ਮਹਿਲ ਬੁਲਾਵੈ। ਉਹ ਕਹਿੰਦੇ ਦੱਸ ਕੀ ਚਾਹੁੰਦਾ, ਤੂੰ ਕੀ ਮੰਗਦਾ। ਅਤੇ ਉੱਥੇ ਮਹਾਰਾਜ ਕਹਿੰਦੇ, ਪ੍ਰਭ ਦੇਖਦਿਆਂ ਦੁੱਖ ਭੁੱਖ ਗਈ, ਢਾਡੀ ਕੋ ਮੰਗਣ ਚਿੱਤ ਨਾ ਆਵੇ। ਉਹਨੂੰ ਕਰਤਾ ਵੇਖ ਕੇ ਸਭ ਕੁਝ ਭੁੱਲ ਗਿਆ। ਉਹ ਕਹਿੰਦਾ ਹੁਣ ਕੁਝ ਨਹੀਂ ਚਾਹੀਦਾ। ਹੁਣ ਇਹ ਸੰਬੋਧਿਤ ਨੇ, ਫੀਲਿੰਗ ਨਾਲ ਜੁੜੀਆਂ ਹੋਈਆਂ ਗੱਲਾਂ ਨੇ। ਇਸ ਰੂਪ ਦੇ ਵਿੱਚ ਗੁਰੂ ਮਹਾਰਾਜ ਕਹਿੰਦੇ, ਤੂੰ ਸੇਵਨ ਕਰ, ਤੂੰ ਉਹਦਾ ਮੰਥਨ ਕਰ, ਉਹਨੂੰ ਧਿਆਨ ਦੇ ਵਿੱਚ ਰੱਖ ਕੇ ਉਹਨੂੰ ਸੰਬੋਧਿਤ ਕਰ। ਜਦੋਂ ਮਹਾਰਾਜ ਕਹਿੰਦੇ ਨੇ ਤੂੰ ਪ੍ਰਭ ਦਾਤਾ ਦਾਨ ਮਤ ਪੂਰਾ, ਹੁਣ ਮੰਨ ਲਓ ਮੇਰੇ ਵਰਗਾ ਜਦੋਂ ਇਹ ਹੁਕਮਨਾਮਾ ਲਏਗਾ, ਸੋਰਠ ਮਹਿਲਾ ਪਹਿਲਾ, ਤੂੰ ਪ੍ਰਭ ਦਾਤਾ ਦਾਨ ਮਤ ਪੂਰਾ, ਹਮ ਥਾਰੇ ਭੇਖਾਰੀ ਜੀਓ, ਮੈਂ ਕਿਆ ਮੰਗੂ ਕਿਛ ਥਿਰ ਨਾ ਰਹਾਈ, ਹਰ ਦੀਜੇ ਨਾਮ ਪਿਆਰੀ ਜੀਓ। ਹੁਣ ਮੈਂ ਤਾਂ ਪੜ੍ਹ ਗਿਆ ਨਾ, ਪਾਠ ਆਇਆ ਸਾਹਮਣੇ, ਹੁਕਮਨਾਮਾ ਆਇਆ, ਪੜ੍ਹ ਲਿਆ। ਪਰ ਗੁਰੂ ਨਾਨਕ ਸਾਹਿਬ ਜਿਸ ਅਵਸਥਾ 'ਤੇ ਜਾ ਕੇ ਉਹ ਤੂੰ ਕਹਿ ਰਹੇ ਨੇ, ਉੱਥੇ ਕਿੱਡੀ ਮਿਠਾਸ ਹੈ, ਕਿੰਨਾ ਕਿੰਨੀ ਅਪਣਤ ਹੈ ਆਪਣੀ। ਅਸੀਂ ਤਾਂ ਰਿਸਪੈਕਟਡ ਵਰਡ ਦੇ ਚੱਕਰਾਂ 'ਚ ਹੀ ਫਸੇ ਰਹਿੰਦੇ ਹਾਂ। ਅਸੀਂ ਵਰਡ ਇੱਕ ਦੂਜੇ ਨੂੰ ਜੀ ਜੀ ਜ਼ਰੂਰ ਕਹਿ ਰਹੇ ਹੁੰਦੇ ਹਾਂ, ਪਰ ਉਹਦੇ ਵਿੱਚ ਕੋਈ ਅੰਦਰ ਲਗਨ ਅਤੇ ਇੱਕ ਰਸ ਅਤੇ ਸੁਰਤਾ ਨਹੀਂ ਹੁੰਦੀ। ਮਹਾਰਾਜ ਨੇ ਬਾਣੀ ਦੇ ਵਿੱਚ ਕਰਤੇ ਨੂੰ, ਰੱਬ ਨੂੰ ਤੂੰ ਤੂੰ ਹੀ ਕਿਹਾ ਹੈ, ਤੂੰ ਤੂੰ ਕਰਤਾ ਤੂੰ ਹੋਆ, ਮੁਝ ਮੇ ਰਹਾ ਨਾ ਹੋ, ਜਬ ਆਪਾ ਪਰਕਾ ਮਿਟ ਗਿਆ, ਜਦ ਦੇਖੋ ਤਤ ਤੂੰ। ਉੱਥੇ ਗੁਰੂ ਸਾਹਿਬ ਨੇ ਇਹ ਨਹੀਂ ਕਿ ਉਹਦੀ ਰਿਸਪੈਕਟ ਨਹੀਂ ਰੱਖੀ, ਉੱਥੇ ਤੂੰ ਕਹਿ ਦਿੱਤਾ, ਸੰਬੋਧਿਤ ਕੀਤਾ ਬਸ। ਹੁਣ ਜਿਸ ਢੰਗ ਨਾਲ ਗੁਰੂ ਦੇਵ ਕਹਿ ਰਹੇ ਨੇ ਤੂੰ ਪ੍ਰਭ ਦਾਤਾ ਦਾਨਵਤ ਪੂਰਾ, ਹੁਣ ਪੜ੍ਹਨ ਵਾਲਾ ਅਗਰ ਇਹ ਗੱਲ ਧਿਆਨ 'ਚ ਰੱਖੇਗਾ ਨਾ ਕਿ ਕੋਈ ਸ਼ੈ ਹੈ, ਕੋਈ ਹਸਤੀ ਹੈ, ਕੋਈ ਹੋਂਦ ਹੈ ਜਿਹਨੂੰ ਮੈਂ ਸੰਬੋਧਿਤ ਹੋਵਾਂ, ਮੈਂ ਕਹਾਂ ਅਤੇ ਮੈਂ ਬੇਨਤੀ ਕਰ ਰਿਹਾ ਸਾਂ, ਸਾਨੂੰ ਕਿਸੇ ਜੁਗਤੀ ਦੀ ਲੋੜ ਨਹੀਂ ਰੱਬ ਦਾ ਸਿਮਰਨ ਕਰਨ ਲੱਗਿਆਂ। ਕੋਈ ਵੀ ਸਾਨੂੰ ਯੋਗ ਮਤ ਦੀ ਪ੍ਰੈਕਟਿਸ ਦੀ ਮੁਤਾਜਗੀ ਨਹੀਂ ਹੈਗੀ, ਸਾਨੂੰ ਸਮਾਧੀਆਂ ਲਾਉਣ ਦੀ ਲੋੜ ਨਹੀਂ, ਸਾਨੂੰ ਸੁਰਤਾਂ ਬਹੁਤੀਆਂ ਟਿਕਾਉਣ ਦੀ ਸਮਾਧੀਆਂ ਲਾਉਣ ਦੀ ਲੋੜ ਨਹੀਂ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੀਅਤ ਨਾਲ ਪੜ੍ਹੋ, ਔਰ ਇਸ ਰੂਪ 'ਚ ਪੜ੍ਹੋ ਜਿਵੇਂ ਗੁਰੂ ਰੱਬ ਨਾਲ ਗੱਲਾਂ ਕਰ ਰਿਹਾ, ਮੈਂ ਵੀ ਕਰਨਾ, ਮੈਂ ਵੀ ਉੱਦਾਂ ਹੀ ਕਰਾਂ, ਸੰਬੋਧਿਤ ਹੋ ਕੇ ਕਰਾਂ। ਤੁਸੀਂ ਅਟੈਚ ਹੋ, ਉੱਥੇ ਇੱਕ ਚੀਜ਼ ਨਾਲ ਅਟੈਚ ਹੋਏ ਪਏ ਹੋ, ਮਨ ਆਪਣਾ ਉਸ ਥਾਂ 'ਤੇ ਲੈ ਜਾਣਾ ਹੌਲੀ ਹੌਲੀ ਕਰਕੇ। ਜੇ ਵਾਰ ਵਾਰ ਕਿਸੇ ਚੀਜ਼ ਨੂੰ ਜਪਣ ਨੂੰ ਅਸੀਂ ਚਾਹੁੰਦੇ ਹਾਂ ਕਿ ਇਹ ਸਿਮਰਨ ਬਣੇ, ਅਤੇ ਇਹਦਾ ਸਰਲ ਤਰੀਕਾ ਹੈ, ਬਾਣੀ ਦਾ ਇੱਕ ਸਲੋਕ ਲੈ ਲਓ, ਬਾਣੀ ਦਾ ਇੱਕ ਸ਼ਬਦ ਲੈ ਲਓ, ਹੌਲੀ ਹੌਲੀ ਕਰਕੇ ਉਹਨੂੰ ਪੜ੍ਹੋ, ਹੌਲੀ ਹੌਲੀ ਕਰਕੇ ਸਾਰਾ ਸ਼ਬਦ ਪੜ੍ਹੋ, ਇੱਕ ਵਾਰ ਮੁੱਕ ਗਿਆ ਦੂਜੀ ਵਾਰੀ ਫਿਰ ਧਿਆਨ ਨਾਲ ਪੜ੍ਹੋ, ਤੀਜੀ ਵਾਰ ਪੜ੍ਹੋ, ਤੁਸੀਂ ਉਹਨੂੰ 20-50 ਵਾਰੀ ਪੜ੍ਹੋਗੇ, ਇੱਕ ਤਾਂ ਬਾਣੀ ਕੰਠ ਹੋ ਗਈ ਜਿਹੜੀ ਗੁਰੂ ਦੀ ਰਸਨਾ ਤੋਂ ਨਿਕਲੀ, ਉਹ ਸਾਡੀ ਰਸਨਾ 'ਤੇ ਫਿੱਟ ਹੋ ਗਈ, ਆ ਕੇ ਯਾਦ ਹੋ ਗਈ। ਦੂਜਾ ਉਹਦਾ ਬੈਨੀਫਿਟ ਇਹ ਹੋਏਗਾ ਕਿ ਜਦੋਂ ਤੁਸੀਂ ਹੌਲੀ ਹੌਲੀ ਉਹਨੂੰ ਪੜ੍ਹੋਗੇ ਨਾ, ਉਹਦਾ ਸਵਾਦ ਆਉਂਦਾ ਜਾਏਗਾ, ਉਹਦਾ ਰਸ ਆਏਗਾ। ਪਹਿਲੀ ਸਟੇਜ 'ਤੇ ਪਹਿਲੇ ਪੜ੍ਹਿਆ ਹੋ ਸਕਦਾ ਗੱਲ ਪੱਲੇ ਨਾ ਪਏ, ਸਮਝ ਨਾ ਆਵੇ, ਪਰ ਜਿਉਂ ਜਿਉਂ ਤੁਸੀਂ ਉਹ ਸ਼ਬਦ ਨੂੰ ਰਿਪੀਟ ਕਰੋਗੇ, ਜਿਉਂ ਜਿਉਂ ਪੜ੍ਹੋਗੇ, ਤੁਸੀਂ ਵੇਖਿਓ ਕਿ ਹੌਲੀ ਹੌਲੀ ਉਹ ਇਹ ਸਰੂਰ ਚੜੇਗਾ, ਇੱਕ ਰਸ ਅੰਦਰ ਨੂੰ ਜਾਏਗਾ, ਤੁਹਾਡਾ ਮਨ ਅੰਦਰੋਂ ਦੀ ਅਟੈਚ ਹੋਏਗਾ ਕਿਸੇ ਖਿਆਲ ਦੇ ਨਾਲ। ਇਹ ਹੈ ਸਭ ਤੋਂ ਸਰਲ ਤਰੀਕਾ। ਪਰ ਜੇ ਅਸੀਂ ਕਹੀਏ ਕਿ ਸਾਰਾ ਗੁਰੂ ਗ੍ਰੰਥ ਸਾਹਿਬ ਦਾ ਇਹ ਖਜ਼ਾਨਾ ਬਾਣੀ ਇਹ ਪਾਸੇ ਕਰ ਦਈਏ ਅਤੇ ਇੱਕ ਦੋ ਵਰਡ ਲੈ ਕੇ ਬਸ ਉਹੀ ਜਪੀ ਚਲੀਏ, ਇਹੀ ਸਿਮਰਨ ਹੈ, ਫਿਰ ਇਹ ਤਰੀਕਾ ਗੁਰੂ ਕਿਉਂ ਨਹੀਂ ਅਪਣਾ ਗਏ, ਉਹਨਾਂ ਨੇ ਕਿਉਂ ਨਾ ਦੇ ਦਿੱਤਾ। ਮੈਨੂੰ ਖਿਮਾ ਕਰਿਓ ਜਿਹੜੀ ਮੈਂ ਬੇਨਤੀ ਕਰਨ ਲੱਗਿਆ, ਅਸੀਂ ਵਾਹਿਗੁਰੂ ਕਹੀਏ, ਵਾਹਿਗੁਰੂ ਕਹਿੰਦੇ ਵੀ ਹਾਂ, ਅਸੀਂ ਤਾਂ ਫਤਿਹ ਬੁਲਾਉਣ ਲੱਗਿਆਂ ਵਾਹਿਗੁਰੂ ਕਹਿੰਦੇ ਹਾਂ, ਉਸ ਕਰਤੇ ਨੂੰ ਸੰਬੋਧਿਤ ਹੋ ਗਿਆ, ਬੜਾ ਪਿਆਰਾ ਸ਼ਬਦ ਵਰਤਦੇ ਹਾਂ ਵਾਹਿਗੁਰੂ, ਪਰ ਵਾਹਿਗੁਰੂ ਸੰਬੋਧਿਤ ਵਾਚਕ, ਗੁਣਵਾਚਕ, ਸਿਫਤਵਾਚਕ ਸ਼ਬਦ ਹੈ, ਇਹ ਨਾਮ ਨਹੀਂ ਹੈ। ਗੁਰੂ ਗ੍ਰੰਥ ਸਾਹਿਬ 'ਚ ਰੱਬ ਦਾ ਨਾਮ ਨਹੀਂ ਹੈ। ਜੇ ਗੁਰੂ ਮਹਾਰਾਜ ਹਰ ਸ਼ਬਦ 'ਚ ਨਾਮ ਨਾਮ ਕਹਿ ਰਹੇ ਨੇ ਨਾ, ਤਾਂ ਸਾਡੇ ਕੋਲੋਂ ਓਹਲਾ ਨਾ ਰੱਖਦੇ ਵੀ ਮੈਂ ਕਿਹਨੂੰ ਨਾਮ ਕਹਿ ਰਿਹਾ ਹਾਂ। 6 ਪਾਤਸ਼ਾਹ ਦੀ ਬਾਣੀ ਗੁਰੂ ਗ੍ਰੰਥ ਸਾਹਿਬ 'ਚ ਦਰਜ ਹੈ, 6 ਪਾਤਸ਼ਾਹ ਦੀ ਬਾਣੀ 'ਚ ਇੱਕ ਵਾਰ ਵੀ ਵਾਹਿਗੁਰੂ ਵਰਡ ਨਹੀਂ ਆਇਆ, ਇੱਕ ਵਾਰ ਵੀ ਨਹੀਂ ਆਇਆ। ਤੁਸੀਂ ਕੀ ਕਹੋਗੇ ਕਿ ਗੁਰੂ ਮਹਾਰਾਜ ਸੜਤੋਲਾ ਹੀ ਰੱਖ ਗਏ?
ਗੁਰੂ ਮਹਾਰਾਜ ਉਹ ਸ਼ਬਦ ਹੀ ਨਾ ਦੱਸ ਸਕੇ, ਫਿਰ ਉਹ ਸ਼ਬਦ ਦੇ ਤਰੀਕੇ ਹੀ ਨਾ ਦੱਸ ਸਕੇ, ਉਹਦੀ ਮੁਕੰਮਲ ਜੁਗਤ ਹੀ ਨਹੀਂ ਸਿਖਾ ਕੇ ਸਾਨੂੰ ਗਏ, ਅਸੀਂ ਹੁਣ ਆਪ ਹੀ ਲੱਭਦੇ ਫਿਰੀਏ, ਖੋਜਦੇ ਫਿਰੀਏ। ਨਹੀਂ ਗੁਰੂ ਸਵਾਰਿਓ, ਅਜਿਹਾ ਨਹੀਂ ਹੈ। ਬਾਣੀ ਨੇ ਆਖਿਆ ਨਾ, ਨਾਮ ਤੇਰਾ ਸਭ ਕੋਈ ਲੇਤ ਹੈ, ਜੇਤੀ ਆਵਣ ਜਾਣੀ ਜਾ ਤੁਧ ਭਾਵੇ ਤਾਂ ਗੁਰਮੁਖ ਬੁੱਝੈ। ਇਹ ਗੁਰੂ ਚਰਣਾਂ 'ਚ ਪਿਆ, ਗੁਰੂ ਦੇ ਅੱਗੇ ਸਮਰਪਣ ਹੋਇਆ ਹੀ ਗੱਲ ਬੁੱਝਣੀ ਹੈ, ਖੁੱਲ੍ਹਣੀ ਹੈ ਕਿ ਬਈ ਨਾਮ ਕੀ ਹੈ, ਕਿਹਨੂੰ ਬਾਣੀ ਨਾਮ ਕਹਿ ਰਹੀ ਹੈ, ਇਹ ਕੋਈ ਵਰਡ ਹੈ, ਕੋਈ ਸ਼ਬਦ ਹੈ, ਕੋਈ ਅੱਖਰ ਹੈ। ਇੱਦਾਂ ਤਾਂ ਪ੍ਰੋਬਲਮ ਅਸੀਂ ਕ੍ਰੀਏਟ ਕਰ ਲਾਂਗੇ ਆਪਣੇ, ਇੱਕ ਹੋਰ ਮੁਸੀਬਤ ਖੜੀ ਹੋ ਜਾਏਗੀ। ਜਿਹੜੀ ਚੱਲ ਰਹੀ ਹੈ ਉਹ ਤਾਂ ਹੈ ਹੀ ਹੈ, ਆਉਣ ਵਾਲੇ ਟਾਈਮ 'ਚ ਤੁਸੀਂ ਵੇਖਿਓ ਅਸੀਂ ਹੈਂਡਲ ਨਹੀਂ ਕਰ ਪਾਵਾਂਗੇ ਜੋ ਅਸੀਂ ਬੀਜ ਰਹੇ ਹਾਂ। ਅਗਲੇ ਖਾਕੀ ਨਿਕਰਾਂ ਵਾਲੇ ਜਥੇਬੰਦਕ ਰੂਪ 'ਚ ਤਿਆਰੀ ਕਰ ਰਹੇ ਨੇ, ਉਹਨਾਂ ਨੇ ਗ੍ਰੰਥੀ ਬਣਾ ਕੇ ਗੁਰਦੁਆਰਿਆਂ 'ਚ ਪਹੁੰਚਾ ਦਿੱਤੇ ਨੇ, ਪ੍ਰਚਾਰਕ ਹਾਇਰ ਕਰਕੇ ਤੁਹਾਡੀ ਕੌਮ ਦੇ ਸਿਰ 'ਤੇ ਲਿਆ ਕੇ ਬਿਠਾ ਦਿੱਤੇ ਨੇ, ਹੌਲੀ ਹੌਲੀ ਜਥੇਦਾਰ ਅਲੰਬਰਦਾਰ ਸਾਰੇ ਉਹਨਾਂ ਦੇ ਪੱਖ 'ਚ ਪੂਰਨ ਦੇ ਨੇ, ਅਤੇ ਕੱਲ੍ਹ ਉਹਨਾਂ ਦੇ ਵਿੱਚੋਂ ਸੁਰ ਨਿਕਲੇਗੀ ਕਿ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਬਹਿ ਕੇ ਰਾਮ ਰਾਮ ਕਹਿਣਾ, ਔਰ ਇਸ ਵਿਧੀ ਨਾਲ ਕਹਿਣਾ, ਤੁਸੀਂ ਵਿਰੋਧ ਨਹੀਂ ਕਰ ਸਕੋਗੇ। ਕਿਉਂ? ਉਹ ਕਹਿਣਗੇ ਤੁਸੀਂ ਵਾਹਿਗੁਰੂ ਵਾਹਿਗੁਰੂ ਜਿਹੜਾ ਕਹਿੰਦੇ ਹੋ, ਅਤੇ ਗੁਰੂ ਸਾਹਿਬ ਨੇ ਇੱਕ ਵਾਰੀ ਵੀ ਨਹੀਂ ਲਿਖਿਆ, ਪਰ ਰਾਮ ਰਾਮ ਸਭ ਤੋਂ ਵੱਧ ਲਿਖਿਆ ਗੁਰੂ ਗ੍ਰੰਥ ਸਾਹਿਬ 'ਚ, ਸਭ ਤੋਂ ਵੱਧ ਵਰਡ ਆਇਆ। ਜੇ ਤੁਸੀਂ ਵਰਡਾਂ ਦੇ ਚੱਕਰਾਂ 'ਚ ਪੈ ਗਏ ਤਾਂ ਫਿਰ ਰਾਮ ਜਪਣਾ ਪੈਣਾ ਗੁਰਦੁਆਰੇ 'ਚ ਬਹਿ ਕੇ, ਤੁਸੀਂ ਭੱਜ ਨਹੀਂ ਸਕਦੇ ਫਿਰ। ਜੇ ਅੱਖਰ ਦੀ ਗੱਲ ਹੀ ਹੈ ਸਾਰੀ, ਤਾਂ ਉੱਥੇ ਤਿਆਰੀ ਇਹੋ ਜਿਹੀ ਕਰੀ ਬੈਠੇ ਨੇ। ਫਿਰ ਗੁਰੂ ਗ੍ਰੰਥ ਸਾਹਿਬ 'ਚ ਚਲੋ ਇਹੀ ਵਰਡ ਨਹੀਂ ਆਇਆ, ਫਿਰ ਸਵਾਮੀ ਹੈ, ਗੋਪਾਲ ਹੈ, ਬੀਠੁਲ ਹੈ, ਹਰੀ ਹੈ। ਪਿੱਛੇ ਇੱਕ ਬਾਬੇ ਨੇ ਇੱਕ ਗੁਰਦੁਆਰੇ ਦੇ ਵਿੱਚ ਬਹਿ ਕੇ ਬਕਾਇਦਾ ਵੀਡੀਓ ਆਈਆਂ ਹੋਈਆਂ ਨੇ, ਯੂਟਿਊਬ 'ਚ ਪਈਆਂ ਹੋਈਆਂ ਨੇ, ਹੱਦ ਕਰ ਦਿੱਤੀ ਅਗਲਿਆਂ ਨੇ। ਤੁਸੀਂ ਵੇਖੋ ਉਹ ਭਾਈ ਬੈਠਾ, ਸਾਰੀ ਸੰਗਤ ਪਿੱਛੇ ਪਿੱਛੇ ਬੈਠੀ, ਹਨੇਰਾ ਕੀਤਾ ਹੋਇਆ, ਅਤੇ ਉਹ ਹੌਲੀ ਹੌਲੀ ਸ਼ੁਰੂ ਹੁੰਦਾ ਪ੍ਰੀਤ ਪ੍ਰੀਤ ਕਹਿਣਾ, ਇਹ ਬਾਣੀ 'ਚੋਂ ਵਰਡ ਲੈ ਲਿਆ। ਹੌਲੀ ਹੌਲੀ ਕਰਦਿਆਂ ਕਰਦਿਆਂ ਉਹ ਐਡੀ ਸਪੀਡ ਨਾਲ ਲੋਕਾਂ ਨੂੰ ਪੜ੍ਹਾਉਂਦਾ, ਇੰਨੀ ਸਪੀਡ ਨਾਲ ਪੜ੍ਹਾਉਂਦਾ ਕਿ ਤੁਸੀਂ ਵੇਖੋ ਕਿ ਇਹ ਕਿੱਦਾਂ ਦੀ ਆਵਾਜ਼ ਕੱਢਣ ਦੇ ਨੇ ਡਰਾਉਣੀ ਜੀ, ਕੀ ਪ੍ਰੀਤ ਪ੍ਰੀਤ ਕਹਿਣ ਨਾਲ ਵਾਕਈ ਪ੍ਰੀਤ ਰੱਬ ਨਾਲ ਬਣ ਜਾਣੀ ਹੈ। ਉਹ ਪ੍ਰੀਤ ਗੱਲ ਸਮਝਣੀ ਨਹੀਂ, ਉਹ ਗੱਲ ਖੁੱਲ੍ਹਣੀ ਨਹੀਂ, ਕਿੱਦਾਂ ਬਣਨੀ ਹੈ, ਕਿਹੜੀ ਚੀਜ਼ ਕਰਕੇ ਬਣਨੀ ਹੈ, ਕਿਹਦੇ ਨਾਲ ਬਣਨੀ ਹੈ, ਇਹ ਸਾਰੀ ਗੱਲ ਬਾਣੀ ਖੋਲ੍ਹੇਗੀ ਨਾ। ਅਤ ਸੁੰਦਰ ਕੁਲੀਨ ਚਤੁਰ ਮੁਖ ਗਿਆਨੀ ਤਨਵੰਤ, ਮ੍ਰਿਤ ਕਹੀਏ ਨਾਨਕਾ ਜੇ ਪ੍ਰੀਤ ਨਹੀਂ ਭਗਵੰਤ। ਹੁਣ ਇਹ ਗੱਲ ਖੋਲ੍ਹੀ ਹੈ ਮਹਾਰਾਜ ਨੇ ਕਿ ਕਿਉਂ ਨਹੀਂ ਕਰਦਾ ਪਿਆਰ, ਬਾਕੀ ਚੀਜ਼ਾਂ ਨਾਲ ਨੇ ਸਨੇਹ ਹੈ ਤੇਰਾ। ਫਿਰ ਇਹ ਵੀ ਬਾਣੀ ਨੇ ਆਖਿਆ ਸਾਚੀ ਪ੍ਰੀਤ ਹਮ ਤੁਮ ਸਿਓ ਜੋਰੀ, ਇਹਦਾ ਮਤਲਬ ਝੂਠੀ ਪ੍ਰੀਤ ਵੀ ਕੋਈ ਹੁੰਦੀ ਹੈ। ਵੇਖੋ ਨਾ ਬਾਣੀ ਨੇ ਖੁਲਾਸੇ ਕੀਤੇ ਹੋਏ ਨੇ, ਜਿਵੇਂ ਇੱਥੇ ਆਇਆ ਨਾ ਪ੍ਰਭ ਕਾ ਸਿਮਰਨ ਸਭ ਤੇ ਉੱਚਾ, ਅਤੇ ਇਹਦਾ ਮਤਲਬ ਸਮਝਣਾ ਪਏਗਾ ਵੀ ਸਿਮਰਨ ਨੀਚੇ ਵੀ ਹੁੰਦੇ ਨੇ, ਉੱਚਾ ਤਾਂ ਹੀ ਇੱਕ ਹੈ ਕੋਈ, ਬਾਕੀ ਵੀ ਸਿਮਰਨ ਹੋ ਰਹੇ ਨੇ ਪਰ ਉਹ ਸਾਰੇ ਨੀਵੇਂ ਦਰਜੇ ਦੇ ਨੇ, ਸਾਰੀਆਂ ਯਾਦਾਂ ਨੀਵੇਂ ਦਰਜੇ ਦੀਆਂ ਨੇ। ਇਸੇ ਤਰ੍ਹਾਂ ਪ੍ਰੀਤ ਜਿਹੜੀ ਹੈ ਉਹ ਸਾਚੀ ਵੀ ਹੁੰਦੀ ਹੈ, ਅਤੇ ਬਾਣੀ 'ਚ ਝੂਠੀ ਪ੍ਰੀਤ ਬਾਰੇ ਵੀ ਦੱਸਿਆ, ਜਗਤ ਮੈਂ ਝੂਠੀ ਦੇਖੀ ਪ੍ਰੀਤ, ਇਹ ਵੀ ਦੱਸ ਦਿੱਤਾ ਮਹਾਰਾਜ ਨੇ ਕਿ ਵੀ ਪ੍ਰੀਤ ਕੋਮਨ ਵਰਲਡ ਹੈ, ਪਰ ਉਹ ਕਿੱਥੇ ਜੁੜ ਰਿਹਾ ਸਮਝ ਲਓ। ਜੇ ਉਹ ਲੋਭ ਲਾਲਚ ਸਵਾਰਥ ਨਾਲ ਜੁੜਿਆ, ਪਿਆਰ ਹੈ ਦਾਵੇ ਨੇ, ਤੇ ਫਿਰ ਭਰਾਵਾ ਇਹਨੂੰ ਪਿਆਰ ਨਹੀਂ ਉਹ ਕਹੀਦਾ ਹੁੰਦਾ। ਝੂਠੀ ਪ੍ਰੀਤ, ਜਗਤ ਮੈਂ ਝੂਠੀ ਦੇਖੀ ਪ੍ਰੀਤ, ਉੱਥੇ ਆਪਣੀਆਂ ਗਰਜਾਂ ਨੇ ਸਾਰਿਆਂ ਦੀਆਂ, ਤਾਂ ਉਹਨੂੰ ਝੂਠੀ ਆਖਿਆ ਗੁਰੂ ਤੇਗ ਬਹਾਦਰ ਮਹਾਰਾਜ ਨੇ। ਇੱਦਾਂ ਸਾਚੀ ਪ੍ਰੀਤ ਦਾ ਅਰਥ ਹੈ ਪਰਮੇਸ਼ਵਰ ਨੂੰ ਤੂੰ ਮਨ ਕਰਕੇ, ਗੁਣਾਂ ਨੂੰ ਅਪਨਾਨ ਕਰਕੇ, ਉਹਦਾ ਸਰੂਪ ਹੋ ਜਾਣ ਕਰਕੇ ਯਾਦ ਕਰਨਾ, ਲੋੜਾਂ ਕਰਕੇ ਯਾਦ ਕਰ ਰਿਹਾ ਤੇ ਇਹ ਤਾਂ ਫਿਰ ਝੂਠੀ ਹੋਈ ਪ੍ਰੀਤ ਹੈ ਤੇਰੀ, ਲੋੜ ਨਾ ਪੂਰੀ ਹੋਈ ਤੇ ਤੂੰ ਤਾਂ ਪਹਿਲਾਂ ਛੱਡ ਦੇਂਗਾ, ਤੂੰ ਕਹੇਂਗਾ ਜੀ ਕੀ ਲੈਣਾ ਇਹੋ ਜਿਹੇ ਰੱਬ ਤੋਂ, ਇੰਨੇ ਚਿਰ ਤੋਂ ਇੱਕ ਡਿਮਾਂਡ ਰੱਖੀ ਉਹ ਵੀ ਨਹੀਂ ਪੂਰੀ ਕਰ ਸਕਦਾ, ਤੇ ਪਰ ਤੈਨੂੰ ਇਹਦੇ ਬਾਰੇ ਨਹੀਂ ਪਤਾ ਕਿ ਉਹਨੇ ਜੋ ਦਿੱਤਾ ਨਾ ਅੱਜ ਤੱਕ ਉਹਦਾ ਦਿੱਤਾ ਹੀ ਹੈ, ਦਸ ਵਸਤੂ ਲੈ ਪਾਛੇ ਪਾਵੈ, ਪਰ ਤੇਰਾ ਸੁਭਾਅ ਹੈ ਜੋ ਜੋ ਉਹਨੇ ਦਿੱਤਾ ਤੂੰ ਮੋਹਰਾਂ ਆਪਣੀ ਲਾਈ ਗਿਆ, ਸਾਰੀਆਂ ਆਪਣੇ ਖਾਤੇ 'ਚ ਪਾ ਲਈਆਂ ਤੂੰ, ਦਸ ਵਸਤੂ ਲੈ ਪਾਛੇ ਪਾਵੈ, ਏਕ ਬਸਤ ਕਾਰਨ ਬਿਖੋਟ ਗਵਾਵੈ। ਜੇ ਇੱਕ ਦੇ ਕਰਕੇ ਉਲਾਮੇ ਦੇਣ ਦੇ ਨਾ, ਅਤੇ ਉਹ ਦਸ ਲੈ ਜਾਣ ਲੱਗਿਆਂ ਤੇਰੀ ਕੋਈ ਸਿਫਾਰਿਸ਼ ਜਾਂ ਤੇਰੀ ਕੋਈ ਪਹੁੰਚ ਨਹੀਂ ਚੱਲਦੀ, ਫਿਰ ਉਹ ਦਸ ਤੇਰੇ ਕੋਲੋਂ ਪਿੱਛੀਆਂ ਰੱਖੀਆਂ, ਜਦੋਂ ਖੋਏਗਾ ਨਾ ਤਾਂ ਤੇਰਾ ਉੱਥੇ ਬਲ ਅਤੇ ਤਾਕਤ ਕੰਮ ਨਹੀਂ ਕਰਨੀ। ਏਕ ਭੀ ਨਾ ਦੇ ਦਸ ਭੀ ਹਰਲੇ, ਤੋ ਮੂੜਾ ਕੋ ਕਹਾ ਕਰੇ, ਜਿਸ ਠਾਕੁਰ ਸਿਓ ਨਾ ਹੀ ਚਾਰਾ, ਜਿਹਦੇ ਅੱਗੇ ਸਾਡਾ ਚਾਰਾ ਹੀ ਨਹੀਂ ਚੱਲਣਾ,
ਤਾਕੋ ਕੀਜੈ ਸਦ ਨਮਸਕਾਰਾ। ਸੋ ਇਸ ਰੂਪ ਦੇ ਵਿੱਚ ਗੁਰੂ ਦੇਵ ਮਹਾਰਾਜ ਨੇ ਆਖਿਆ ਕਿ ਜਿਵੇਂ ਤੂੰ ਲੋੜ ਪੈਣ 'ਤੇ ਯਾਦ ਕਰਦਾ, ਹਮੇਸ਼ਾ ਹੀ ਲੋੜ ਸਮਝ ਕਿ ਮੈਨੂੰ ਮਹਾਰਾਜ ਗੁਣਾਂ ਦੀ ਬੇਹੱਦ ਲੋੜ ਹੈ, ਮੈਨੂੰ ਗਿਆਨ ਦੀ ਲੋੜ ਹੈ, ਮੈਨੂੰ ਸਮਝ ਦੀ ਲੋੜ ਹੈ, ਮੈਨੂੰ ਸੋਝੀ ਦੀ ਲੋੜ ਹੈ। ਸੋ ਗੁਰੂ ਸਵਾਰਿਓ, ਗੁਰਬਾਣੀ ਨੂੰ ਹੀ ਕਿ ਤਰੀਕੇ ਨਾਲ ਪੜ੍ਹੀਏ, ਬਸ ਇਹੀ ਇੱਕ ਢੰਗ ਹੈ ਸਿਮਰਨ ਦਾ। ਉਹਦੀ ਗ੍ਰਾਮਰ ਸਿੱਖਣੀ ਪਏਗੀ, ਉਚਾਰਨ ਸਿੱਖਣਾ ਪਏਗਾ, ਬਾਣੀ ਦੇ ਭਾਵ, ਉਹਦੀ ਸੈਂਸ, ਉਹਦੇ ਅਰਥਾਂ ਵੱਲ ਜਾਣਾ ਪਏਗਾ। ਤੁਸੀਂ ਦੇਖਿਓ ਕਿ ਜੋ ਮਹਾਰਾਜ ਨੇ ਰੱਬ ਬਾਰੇ ਖੁਲਾਸਾ ਬਾਣੀ 'ਚ ਕੀਤਾ, ਹੋਰ ਕਿਤੇ ਤੁਹਾਨੂੰ ਇਹ ਕੰਪਲੀਟ ਗੱਲ ਦਿਖੇਗੀ ਨਹੀਂ, ਹੋਰ ਲੋੜ ਰਹਿ ਵੀ ਨਹੀਂ ਜਾਣੀ ਫਿਰ ਸਾਨੂੰ ਕੁਝ ਵੀ। ਸੋ ਗੁਰੂ ਮਹਾਰਾਜ ਕਹਿੰਦੇ, ਪ੍ਰਭ ਕਾ ਸਿਮਰਨ ਸਭ ਤੇ ਉੱਚਾ। ਪ੍ਰਭੂ ਮਾਲਕ ਵਾਹਿਗੁਰੂ ਦੀ ਜਿਹੜੀ ਯਾਦ ਹੈ ਨਾ, ਉਹਦੇ ਗੁਣਾਂ ਦੀ ਯਾਦ, ਉਹਦੇ ਪਰਉਪਕਾਰ ਦਾ ਚੇਤਾ ਕਰਨਾ, ਇਹ ਸਾਰੀਆਂ ਯਾਦਾਂ ਨਾਲੋਂ ਉੱਚਾ ਹੋਏਗਾ ਤੇਰੇ ਲਈ, ਕਿਉਂਕਿ ਤੂੰ ਬਾਕੀ ਚੀਜ਼ਾਂ ਜਿਹੜੀਆਂ ਯਾਦ ਰੱਖ ਰੱਖ ਕੇ ਉੱਦਮ ਕਰਦਾ, ਆਖਿਰ ਯਾਦ ਨੇ ਤੇ ਤੂੰ ਉੱਦਮ ਕਰ ਰਿਹਾ ਨਾ। ਇੱਕ ਤਾਂ ਮਹਾਰਾਜ ਨੇ ਆਖਿਆ, ਕਹਿੰਦੇ ਆਹਰ ਸਭ ਕਰਦਾ ਫਿਰੈ, ਆਹਰ ਇੱਕ ਨਾ ਹੋਏ, ਜਿੱਤ ਆਹਰ ਜਗ ਉਧਰੈ, ਬਿਰਲਾ ਬੁਝੈ ਕੋਏ। ਕਹਿੰਦੇ ਇੱਕ ਆਹਰ ਜਿਹੜਾ ਸਾਰਿਆਂ ਨਾਲੋਂ ਉੱਚਾ ਹੈ, ਜ਼ਰੂਰੀ ਹੈ, ਲੋੜੀਂਦਾ ਹੈ, ਬਾਕੀ ਦੇ ਆਹਰ ਤੂੰ ਕਰ ਰਿਹਾ ਆਲਰੇਡੀ, ਆਹਰ ਸਭ ਕਰਦਾ ਫਿਰ। ਇਹ ਜਿਹੜਾ ਪਹਿਲਾ ਆਹਰ ਵਰਡ ਹੈ ਨਾ, ਇਹ ਬਿਲਕੁਲ ਮੁਕਤਾ ਹੈ, ਬਹੁ ਵਚਨ, ਆਹਰ ਸਭ ਕਰਦਾ ਫਿਰ। ਸਾਰੇ ਉੱਦਮ ਤੈਨੂੰ ਯਾਦ ਨੇ, ਸਾਰੇ ਉੱਦਮ ਤੂੰ ਕਰਦਾ, ਕਾਰਨ ਕੀ ਹੈ? ਕਿਉਂਕਿ ਤੈਨੂੰ ਬਾਕੀ ਚੀਜ਼ਾਂ ਲੋੜੀਂਦੀਆਂ ਲੱਗਦੀਆਂ ਨੇ। ਤੂੰ ਜੌਬ 'ਤੇ ਜਾਂਦਾ, ਸਵੇਰੇ ਉੱਠਣਾ, ਪਰਿਵਾਰ ਦੇ ਕੰਮ ਕਰਦਾ, ਰਿਸ਼ਤੇਦਾਰਾਂ ਦੇ ਫੰਕਸ਼ਨ ਅਟੈਂਡ ਕਰਦਾ, ਇੱਥੇ ਜੰਮਣੇ ਮਰਨੇ ਤੂੰ ਸਾਰਿਆਂ 'ਤੇ ਜਾਂਦਾ, ਕਿਉਂਕਿ ਤੈਨੂੰ ਯਾਦ ਨੇ, ਜ਼ਰੂਰਤਾਂ ਨੇ ਤੇਰੀਆਂ, ਤੂੰ ਕਰਦਾ ਉਹਦੇ ਵਾਸਤੇ ਉੱਦਮ, ਆਹਰ ਸਭ ਕਰਦਾ ਫਿਰ। ਆਹਰ ਇੱਕ ਨਾ ਹੋਏ, ਉੱਥੇ ਆਹਰ ਦੇ ਰਾਰੇ ਨੂੰ ਔਂਕੜ ਹੈ, ਇੱਕ ਸਿੰਗੁਲਰ, ਇੱਕ ਆਹਰ, ਇੱਕ ਉੱਦਮ ਜਿਹੜਾ ਬੜਾ ਹੀ ਜ਼ਰੂਰੀ ਸੀ, ਉਹ ਨਹੀਂ ਤੂੰ ਕਰਦਾ, ਉੱਥੇ ਕਹਿੰਦਾ ਟਾਈਮ ਨਹੀਂ ਹੈਗਾ ਮੇਰੇ ਕੋਲ। ਜਦੋਂ ਤੈਨੂੰ ਕੋਈ ਕਹਿੰਦਾ ਕਿ ਆਹ ਜਪਜੀ ਸਾਹਿਬ ਦੀ ਸਟੀਕ ਲੈ ਲਓ, 550 ਸਾਲਾਂ ਬਾਬੇ ਨਾਨਕ ਦਾ ਮਨਾ ਲਿਆ ਜੇ, ਇਹਦੇ ਅਰਥ ਪੜ੍ਹ ਲਓ, ਜਪਜੀ ਦੀਆਂ 38 ਪੌੜੀਆਂ ਸੁਰਤ ਵਿੱਚ ਸਕੈਨ ਕਰ ਲਓ, ਅਰਥ ਪੜ੍ਹੋ ਢੰਗ ਨਾਲ, ਤੂੰ ਸਟੀਕ ਵਾਪਸ ਮੋੜ ਕੇ ਕਹਿੰਦਾ ਇਹਦਾ ਤਾਂ ਮੈਨੂੰ ਟਾਈਮ ਹੀ ਨਹੀਂ ਮਿਲਣਾ ਜੀ, ਬਿਜ਼ੀ ਇੰਨੇ ਆ, ਸਮੱਸਿਆ ਮੁਸੀਬਤਾਂ ਇੰਨੀਆਂ ਨੇ, ਨਹੀਂ ਪੜਿਆ ਜਾਣਾ ਜੀ, ਇਹਨੂੰ ਗੁਰਦੁਆਰੇ ਰੱਖ ਛੱਡੋ। ਆਹਰ ਇੱਕ ਨਾ ਹੋਏ, ਤੂੰ ਉਹਨੂੰ ਮਹਿਸੂਸ ਹੀ ਨਹੀਂ ਕਰਦਾ, ਲੋੜ ਹੀ ਨਹੀਂ ਬਣਾਉਂਦਾ ਆਪਣੀ ਅਸਲ 'ਚ। ਅਰੇ ਇੱਕ ਹੋਰ ਬੇਨਤੀ ਕਰਾਂ, ਕਈ ਗੁਰਦੁਆਰਿਆਂ 'ਚ ਅਸੀਂ ਆਪ ਵੇਖਿਆ, ਸਟਾਲਾਂ ਲੱਗਦੀਆਂ ਨੇ ਨਾ ਕਿਤਾਬਾਂ ਦੀਆਂ, ਜਾਂ ਲਾਇਬ੍ਰੇਰੀ ਬਣੀਆਂ, ਉਹ ਸਟਾਲਾਂ ਲੱਗੀਆਂ, ਜਿਹੜੇ ਲਾਉਂਦੇ ਨੇ ਉਹ ਸਾਡੇ ਤੱਕ ਪਹੁੰਚਾ ਰਹੇ ਨੇ ਵਿਦਵਾਨ ਸੱਜਣਾਂ ਦੀਆਂ ਲਿਖਤਾਂ ਕਿਤਾਬਾਂ, ਪਰ ਉੱਥੇ ਲੈਣ ਵਾਲੇ ਪਤਾ ਕਹਿੰਦੇ ਨੇ ਮੁਫਤ ਨਹੀਂ ਇਹਦੇ ਵਿੱਚੋਂ ਕੋਈ ਹੈਗੀ, ਇਹਦੇ 'ਚੋਂ ਕੋਈ ਮੁਫਤ ਨਹੀਂ। ਅਤੇ ਜੇ ਉਹ ਕਹੇਗਾ ਨਹੀਂ ਨਹੀਂ ਮੁੱਲ ਦੀ ਹੈ, ਫਿਰ ਫਾਇਦਾ ਕੀ? ਗੁਰਦੁਆਰੇ ਵਾਲੀ ਕਮੇਟੀ ਲਓ, ਦੱਸੋ ਕਿਤਾਬਾਂ ਵੀ ਨਹੀਂ ਮੁਫਤ ਵੰਡ ਸਕਦੀ? ਉੱਥੇ ਅਸੀਂ ਮੁਫਤ ਭਾਲਦੇ ਹਾਂ ਅਸਲ ਦੇ ਵਿੱਚ, ਉੱਥੇ ਅਸੀਂ $2 $5 ਖਰੀਦਣਾ ਨਹੀਂ ਚਾਹੁੰਦੇ, ਮੁਫਤ ਭਾਲਦੇ ਹਾਂ ਆਪਾਂ। ਪਰ ਜਦੋਂ ਆਪਾਂ ਫਿਲਮ ਦੇਖਣ ਜਾਣਾ ਹੋਵੇ, ਆਪਾਂ ਕਿਤੇ ਬਾਹਰ ਖਰਚਾ ਕਰਨ ਜਾਂ, ਉੱਥੇ ਥੋੜ੍ਹਾ ਆਪਾਂ ਕਹਿੰਦੇ ਹਾਂ ਕਿ ਨਹੀਂ ਜੀ ਸਰਕਾਰ ਸਾਰਾ ਕੁਝ ਮੁਫਤ ਕਰੇ, ਕਰਦੇ ਹੀ ਆ ਨਾ ਖਰਚਾ, ਕਿਉਂਕਿ ਲੋੜ ਸਮਝਦੇ ਹਾਂ ਆਪਾਂ ਉਹਨੂੰ, ਉਹਨੂੰ ਅਸੀਂ ਆਪਣੀ ਜ਼ਰੂਰਤ ਸਮਝਦੇ, ਆਪਣੀ ਖੁਸ਼ੀ ਦੇ ਖਾਤੇ 'ਚ ਪਾਇਆ ਹੋਇਆ। ਪਰ ਇੱਥੇ ਕਹਿੰਦੇ ਨਹੀਂ ਨਹੀਂ, ਅਤੇ ਜੇ ਕੋਈ ਮੰਨ ਲਓ ਫ੍ਰੀ 20 ਦੇ ਤਾਂ ਉਹਨੇ ਥੋੜ੍ਹਾ ਪੜ੍ਹ ਲੈਣਾ, ਉਹਨੇ ਜਾ ਕੇ ਬੰਨੇ ਰੱਖ ਦੇਣਾ, ਅਤੇ 2 ਮਹੀਨੇ ਬਾਅਦ ਉਹਦੀ ਘਰ ਦੀ ਕਹੇਗੀ ਧੂੜ ਜੰਮ ਗਈ ਜੀ, ਹੁਣ ਇਹਨੂੰ ਜਾਂ ਤਾਂ ਸਾਫ ਕਰਕੇ ਗੁਰਦੁਆਰੇ ਵਾਪਸ ਕਰ ਆਓ, ਨਹੀਂ ਪੜ੍ਹਨੀ ਤਾਂ। ਆਹਰ ਇੱਕ ਨਾ ਹੋਏ, ਜਿੱਤ ਆਹਰ ਜਗ ਉਧਰੈ, ਭਲਾ ਹੋ ਸਕਦਾ ਦੁਨੀਆਂ ਦਾ? ਜਿੱਤ ਆਹਰ ਜਗ ਉਧਰੈ, ਬਿਰਲਾ ਬੁਝੇ ਕੋਏ। ਕੋਈ ਟਾਵਾਂ ਟਾਵਾਂ ਬਿਰਲਾ ਬੰਦਾ ਗੱਲ ਬੁਝ ਰਿਹਾ, ਸਮਝ ਰਿਹਾ ਕਿ ਇਹ ਮੇਰੀ ਜ਼ਿੰਦਗੀ ਲਈ ਕਿੰਨੀ ਜ਼ਰੂਰੀ ਚੀਜ਼ ਹੈ। ਜਿਹੜਾ ਸਭ ਤੋਂ ਉੱਚਾ ਕਰਤੇ ਵਾਹਿਗੁਰੂ ਦਾ ਗੁਣ, ਉਹਦੇ ਉਹਦਾ ਉਹਦੀ ਵਡਿਆਈ, ਉਹਦਾ ਉਹਨੂੰ ਗਾਉਣਾ, ਉਹਨੂੰ ਸਲਾਉਣਾ, ਇਹ ਸਭ ਤੋਂ ਮਹਾਨ ਕਰਮ ਹੈ। ਪ੍ਰਭ ਕਾ ਸਿਮਰਨ ਸਭ ਤੇ ਉੱਚਾ। ਮਹਾਰਾਜ ਕਹਿੰਦੇ ਪ੍ਰਭ ਕਾ ਸਿਮਰਨ ਉਧਰੇ ਮੂਚਾ। ਮੂਚਾ ਦਾ ਭਾਵ ਹੁੰਦਾ ਬਹੁਤੇ, ਸਾਰੇ ਨਹੀਂ, ਬਹੁਤੇ ਉਹ ਜਿਹੜੇ ਸਿਮਰਨ ਨਾਲ ਜੁੜ ਗਏ, ਗੁਣਾਂ ਨਾਲ ਜੁੜ ਗਏ, ਉਹ ਉਧਰ ਗਏ। ਜਿਸ ਬਾਰੇ ਗੁਰੂ ਅਰਜਨ ਸਾਹਿਬ ਜੀ ਨੇ ਆਖਿਆ, ਕਹਿੰਦੇ ਗੋਬਿੰਦ 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 ਸੰਗ ਨਾਮ ਦਿਓ ਮਨ ਲੀਣਾ।
ਕਹਿੰਦੇ ਗੋਬਿੰਦ ਨਾਲ ਜਿੰਨੇ ਸੰਬੰਧ ਬਣਾਇਆ ਹੈ, ਗੋਬਿੰਦ ਦੇ ਗੁਣਾਂ ਦਾ ਸਾਥ ਕੀਤਾ, ਉਹ ਉਧਰੇਗਾ, ਉਹ ਮੂਚਾ, ਉਹ ਜਨ, ਉਹ ਸੇਵਕ, ਉਹ ਪਿਆਰ ਵਾਲੇ, ਉਹ ਪ੍ਰੇਮੀ, ਉਹ ਹੀ ਉਧਰਨਗੇ। ਜਿਵੇਂ ਤੁਸੀਂ ਮੰਦਾਵਣੀ ਮਹਿਲਾ ਪੰਜਵਾਂ 'ਚ ਪੜ੍ਹਦੇ ਹੋ ਨਾ, ਜੇ ਕੋ ਖਾਵੈ ਜੇ ਕੋ ਪੁੰਚੈ ਤਿਸਕਾ ਹੋਏ ਉਧਾਰੋ। ਸਾਰਿਆਂ ਦਾ ਨਹੀਂ, ਜਿਹਨੇ ਖਾਧਾ ਅਤੇ ਜਿਹਨੇ ਪਚਾਇਆ ਉਹਦਾ ਹੀ ਹੋਣਾ, ਬਾਕੀ ਤਾਂ ਗੁਰੂ ਗ੍ਰੰਥ ਸਾਹਿਬ ਸਾਰਿਆਂ ਲਈ ਸਾਂਝਾ ਹੀ ਕਹਿੰਦੇ ਹਾਂ ਆਪਾਂ। ਹੁਣ ਜਿਹੜਾ ਇਕੱਲਾ ਗੇੜਾ ਮਾਰ ਕੇ ਜਾ ਰਿਹਾ ਬਾਰ ਬਾਰ, ਉਹਦੀ ਕੋਈ ਗਰੰਟੀ ਨਹੀਂ। ਮਹਾਰਾਜ ਕਹਿੰਦੇ ਇਹਦੀ ਮੈਂ ਕੋਈ ਗਰੰਟੀ ਨਹੀਂ ਲੈ ਸਕਦਾ ਕਿ ਤਿਸਕਾ ਹੋਏ ਉਧਾਰੋ। ਬਈ ਇਹਨੇ ਤਾਂ ਪੜ੍ਹੀ ਨਹੀਂ ਦੋ ਪੰਕਤੀਆਂ ਵੀ, ਗੁਰੂ ਵਾਜਾਂ ਮਾਰਦਾ ਰਹਿ ਗਿਆ। ਆਵੋ ਸਿੱਖ ਸਤਿਗੁਰ ਕੇ ਪਿਆਰਿਓ, ਗਾਵੋ ਸੱਚੀ ਬਾਣੀ। ਉਹ ਕਹਿੰਦਾ ਮੇਰੇ ਕੋਲ ਨਹੀਂ ਟਾਈਮ ਹੈਗਾ। ਭਾਈ ਲਾਏ ਨੇ ਨਾ ਪਾਠੀ, ਲਾਏ ਨੇ ਨਾ, ਮੈਂ ਨਾ ਸੁਣ ਸਕਦਾ ਅਤੇ ਨਾ ਪੜ੍ਹ ਸਕਦਾ ਹਾਂ, ਉਹਦਾ ਉਧਾਰ ਕਿੱਦਾਂ ਹੋ ਜਾਏਗਾ ਜੀ। ਅਸੀਂ ਕਿੱਡਾ ਸੌਖਾ ਈਜ਼ੀ ਵੇ ਬਣਾ ਲਿਆ ਨਾ ਅੱਜ ਧਰਮ ਧਰਮ ਕਮਾਉਣਾ, ਕਿੱਡਾ ਈਜ਼ੀ ਵੇ ਬਣਾ ਲਿਆ ਕਿ ਜਿੰਨੀ ਭੇਟਾ ਕਹੀ ਗਈ ਹੈ ਚਲੋ ਦੇ ਦਿਉ, ਰਸੀਦ ਕਟਾ ਦੇਣੀ ਹੈ ਅਤੇ ਬਸ। ਪਹਿਲੀਆਂ ਜਪਜੀ ਦੀਆਂ 5 ਪੌੜੀਆਂ ਸੁਣਨੀਆਂ ਨੇ, ਤਲੀ 'ਤੇ ਰੱਖਿਆ ਪ੍ਰਸ਼ਾਦ, ਖਾ ਕੇ ਹੱਥ ਮਲ ਕੇ ਉਹ ਗਏ ਸਰਦਾਰ ਜੀ। ਅਗਲੇ ਦਿਨ ਉਹਨਾਂ ਨੇ ਕਹਿਣਾ ਮਤ ਕਦੋਂ ਲਾਉਣਾ, ਉਦੋਂ ਫਿਰ ਸਾਰਾ ਟੱਬਰ ਤੁਰਿਆ ਆਏਗਾ, ਪ੍ਰਸ਼ਾਦ ਲੈ ਕੇ ਫਿਰ ਪਰਤ ਗਿਆ। ਸਮਾਪਤੀ ਵੇਲੇ ਉਹਨਾਂ ਨੇ ਇਹ ਪੁੱਛਣਾ ਸਲੋਕ ਕਦੋਂ ਪੜ੍ਹ ਰਹੇ ਨੇ, ਅਤੇ ਤੁਸੀਂ ਇੱਦਾਂ ਕਿਉਂ ਨਹੀਂ ਕਰਦੇ, ਟਾਈਮ ਕੱਢੋ 20 ਕੁ ਮਿੰਟ, 5 ਪੌੜੀਆਂ ਸੁਣ ਲਓ ਅਤੇ ਅਖੀਰਲੇ ਸਲੋਕ ਸੁਣ ਲਓ। ਤੁਸੀਂ ਐਵੇਂ ਪਾਠੀਆਂ ਨੂੰ 2 ਦਿਨ ਵਿਚਾਰਿਆਂ ਨੂੰ ਕਮਰੇ 'ਚ ਡੱਕ ਛੱਡਿਆ ਜਦੋਂ ਸੁਣਨਾ ਹੀ ਨਹੀਂ ਹੈਗਾ ਕੁਝ। ਪਰ ਰਵਾਇਤ ਹੈ, ਪਰੰਪਰਾ ਹੈ, ਕਰਨੀ ਹੈ। ਹਾਂ ਜੇ ਕਿਤੇ ਪਾਠੀ ਸੌਂ ਗਿਆ, ਪਾਠੀ ਦੀ ਅੱਖ ਲੱਗ ਗਈ, ਪਾਠੀ ਦੀ ਨਹੀਂ ਖੈਰ, ਫਿਰ ਉਹਨੂੰ ਤਾਂ ਪ੍ਰਬੰਧਕਾਂ ਨੇ ਕਹਿਣਾ ਹੁਣੇ ਬੋਰੀ ਬਿਸਤਰਾ ਤੈਅ ਕਰ ਆਪਣਾ ਤੂੰ, ਉਹਦੇ ਭਾਅ ਦੀ ਵਿਚਾਰੇ ਦੀ ਬਣ ਜਾਣੀ ਹੈ। ਕਿਉਂ? ਤੁਹਾਨੂੰ ਰੱਬ ਨੇ ਕੋਈ ਖੁੱਲ੍ਹ ਦਿੱਤੀ ਹੈ, ਪਰਮਿਸ਼ਨ ਦਿੱਤੀ ਹੈ ਕਿ ਤੁਸੀਂ ਬੇਦਬੀਆਂ ਕਰੀ ਜਾਓ, ਤੁਸੀਂ ਮਰਜ਼ੀਆਂ ਕਰੀ ਜਾਓ, ਤੁਸੀਂ ਨਾ ਆਇਓ ਬੰਦੇ ਬਣ ਕੇ, ਪਰ ਉਹਨਾਂ 'ਤੇ ਪੂਰੇ ਕੈਮਰੇ ਲਾ ਕੇ ਰੱਖਿਓ, ਕਿਤੇ ਉਹਨਾਂ ਦੀ ਨਾ ਅੱਖ ਲੱਗ ਜਾਏ। ਹੱਦ ਹੋ ਗਈ, ਦੱਸੋ ਕਿੱਡੀ ਕਮਾਲ ਦੀ ਗੱਲ ਹੈ। ਜੇ ਪਾਠ ਹੋ ਗਿਆ ਅਤੇ ਗੁਰਮੁਖ ਪਰਿਵਾਰ ਸਾਰੀ ਬਾਣੀ ਦੇ ਫਲੇ ਦੀ ਝੋਲੀ ਪਾ ਦੇਵੋ, ਅਤੇ ਜੇ ਕਿਤੇ ਵਿਘਨ ਪੈ ਗਿਆ ਅਤੇ ਉਹ ਭਾਈ ਦੇ ਸਿਰ ਪਾਪ, ਪਾਪ ਉਹਦੇ ਸਿਰੇ ਜੇ ਗਲਤ ਹੋ ਗਿਆ, ਅਤੇ ਜੇ ਚੰਗਾ ਹੋ ਗਿਆ, ਨਿਰਵਿਘਨ ਹੋ ਗਿਆ, ਅਤੇ ਗੁਰਮੁਖਾਂ ਨੇ ਘਰ ਲੈ ਜਾਣਾ ਆਪਣੇ ਸਾਰਾ ਪੁੰਨ ਖੱਟ ਕੇ। ਮਹਾਰਾਜ ਕਹਿੰਦੇ ਇੱਦਾਂ ਨਹੀਂ ਹੁੰਦਾ, ਇੱਥੇ ਜੇ ਕੋ ਖਾਵੈ ਜੇ ਕੋ ਪੁੰਚੈ ਤਿਸਕਾ ਹੋਏ ਉਧਾਰੋ। ਮੂਚਾ ਭਾਵ ਇਹ ਹੈ ਕਿ ਉਹ ਲੋਕ ਬਹੁਤੇ ਜਿਹੜੇ ਕਰਤੇ ਦੇ ਗੁਣਾਂ ਨਾਲ ਆਪਣੇ ਮਨ ਨੂੰ ਅਟੈਚ ਕਰ ਗਏ, ਜੋੜ ਗਏ, ਪ੍ਰਭ ਕਹਿ ਸਿਮਰਨ ਉਧਰੇ, ਉਹ ਉਧਰ ਗਏ, ਅਵਗੁਣਾਂ ਤੋਂ, ਗੁਨਾਹਾਂ ਤੋਂ, ਗਿਆਨਤਾ ਤੋਂ ਨਿਕਲ ਗਏ। ਮੂਚਾ ਪ੍ਰਭ ਕਹਿ ਸਿਮਰਨ ਤ੍ਰਿਸ਼ਨਾ ਬੁਝ ਹੈ, ਪ੍ਰਭੂ ਵਾਹਿਗੁਰੂ ਜੀ ਦੇ ਸੱਚੀ ਗੁਣਾਂ ਦੀ ਯਾਦ ਬੰਦੇ ਦੇ ਅੰਦਰ ਤ੍ਰਿਸ਼ਨਾ ਦੀ ਅਗਨ ਬੁਝਾ ਦਿੰਦੀ ਹੈ। ਬਾਣੀ ਵਿੱਚ, ਇਸੇ ਮੁਬਾਰਕ ਬਾਣੀ 'ਚ ਮਹਾਰਾਜ ਨੇ ਆਖਿਆ ਕਿ ਕਲ ਤਾਤੀ ਠਾਂਡਾ ਹਰਨਾਉ, ਤ੍ਰਿਸ਼ਨਾ ਨੂੰ ਅੱਗ ਆਖਿਆ, ਰੱਬ ਦੇ ਗੁਣਾਂ ਨੂੰ, ਉਹਦੀ ਯਾਦ ਨੂੰ ਉੱਥੇ ਮਹਾਰਾਜ ਨੇ ਠੰਡਕ ਆਖਿਆ। ਇੱਕ ਚੀਜ਼ ਤੁਹਾਨੂੰ ਤਪਾ ਰਹੀ ਹੈ ਅਤੇ ਇੱਕ ਚੀਜ਼ ਤੁਹਾਨੂੰ ਠੰਡਕ ਦੇ ਰਹੀ, ਫੈਸਲਾ ਤੁਸੀਂ ਕਰਨਾ ਕਿ ਤਪੀ ਜਾਣਾ। ਅਸਾੜ ਤਪੰਦਾ ਤਿਸ ਲੱਗੈ ਹਰ ਨਾਹ ਨਾ ਜਿੰਨਾ ਪਾਸ, ਜਗ ਜੀਵਨ ਪੁਰਖ ਤਿਆਗ ਕੈ ਮਾਨਸ ਸੰਧੀ ਆਸ। ਉਹ ਤਪ ਰਿਹਾ ਬੰਦਾ ਤ੍ਰਿਸ਼ਨਾ ਦੀ ਅਗਨ ਦੇ ਵਿੱਚ, ਤਪੀ ਜਾਂਦਾ, ਖਪੀ ਜਾ ਰਿਹਾ ਅੰਦਰੋਂ ਦੀ। ਅਤੇ ਇੱਕ ਉਹ ਹੈ ਜਿਹਨੇ ਠੰਡਕ ਨਾਲ ਸਾਥ ਬਣਾ ਲਿਆ। ਸੋਏ ਸੁਨੰਦੜੀ ਮੇਰਾ ਤਨ ਮਨ ਮੌਲਾ, ਨਾਮ ਜਪੰਦੜੀ ਲਾਲੀ, ਪੰਧ ਜੁਲੰਦੜੀ ਮੇਰਾ ਅੰਦਰ ਠੰਡਾ, ਗੁਰਦਰਸ਼ਨ ਦੇਖ ਨਿਹਾਲੀ। ਇਹਦੇ ਲਈ ਉਹਨੂੰ ਉੱਦਮ ਕਰਨਾ ਪਿਆ, ਮੁਸ਼ਕਤ ਘਾਲਣਾ ਕਰਨੀ ਪਈ, ਉਹਦੇ ਅੰਦਰ ਦੀ ਤ੍ਰਿਸ਼ਨਾ ਬੁਝਾ ਦਿੱਤੀ ਉਸ ਨਾਮ ਨੇ, ਉਹਦੀ ਹੋਂਦ ਨੇ, ਉਹਦੇ ਯਕੀਨ ਨੇ, ਉਹਦੇ ਵਿਸ਼ਵਾਸ ਨੇ। ਪ੍ਰਭ ਕਹਿ ਸਿਮਰਨ ਸਭ ਕੁਝ ਸੁਝ ਹੈ, ਅਤੇ ਮਾਲਕ ਜੀ ਨਾਲ ਸੰਬੰਧ ਬਣਾਇਆ, ਸਾਰੀ ਗੱਲ ਸਮਝ ਆਉਂਦੀ ਹੈ, ਸੁੱਝਦੀ ਹੈ। ਬੰਦਾ ਸੁੱਤਾ ਨਹੀਂ ਰਹਿੰਦਾ, ਹਮੇਸ਼ਾ ਅਵੇਅਰ ਰਹਿੰਦਾ, ਉਹਨੂੰ ਹਰ ਗੱਲ ਸਮਝ ਆਉਣ ਲੱਗ ਪੈਂਦੀ ਹੈ, ਉਹਦਾ ਹਰ ਇੱਕ ਪਾਸੇ ਦਾ ਦ੍ਰਿਸ਼ਟੀਕੋਣ ਬੜਾ ਕਲੀਅਰ ਹੋ ਜਾਂਦਾ, ਸੁੱਝ ਜਾਂਦਾ ਹੈ। ਪ੍ਰਭ ਕਹਿ ਸਿਮਰਨ ਨਾਹੀ ਜਮਤਰਾਸਾ, ਮੰਨਦੇ ਸਨ ਲੋਕ ਕਿ ਬਈ ਕੋਈ ਜਮ ਆਉਂਦੇ ਨੇ, ਅਗਾਂਹ ਜਾਂਦੇ ਜਾਣਾ ਪੈਂਦਾ,
ਉੱਥੇ ਜਿਨ੍ਹਾਂ ਨੇ ਗੁਨਾਹ ਕੀਤੇ ਨੇ ਉਹਨਾਂ ਲਈ ਕੜਾਏ ਨੇ, ਪੁੱਠਾ ਲਟਕਾਉਂਦੇ ਨੇ। ਜਿਹੜਾ ਪ੍ਰਭੂ ਦੇ ਗੁਣਾਂ ਨਾਲ ਜੁੜ ਗਿਆ ਉਹਨੂੰ ਡਰ ਕਾਹਦਾ, ਜਮ ਦਾ ਡਰ ਕਿਹਨੂੰ ਬਹੁਤਾ ਹੋਏਗਾ। ਮਹਾਰਾਜ ਕਹਿੰਦੇ ਸੋ ਡਰੇ ਜੇ ਪਾਪ ਕਮਾਉਂਦਾ, ਕਹਿੰਦੇ ਡਰ ਉਹਦੇ ਅੰਦਰ ਹੀ ਹੋਏਗਾ ਨਾ, ਜਿਹਨੇ ਗੁਨਾਹ ਕੀਤੇ ਨੇ ਉਹ ਕਹੇਗਾ ਗਾਹ ਤੇ ਹੁਣ ਕੜਾਏ 'ਚ ਤਾਂ ਮੈਨੂੰ ਵੀ ਬਿਠਾਉਣਗੇ ਅਗਲੇ, ਹੁਣ ਡਰੇਗਾ ਨਾ ਤੇ ਅਗਲਾ, ਤੇ ਉਸ ਡਰ ਦੇ ਵਿੱਚੋਂ ਹੀ ਉਹ ਤੀਰਥਾਂ ਦੇ ਗੇੜੇ ਲਾਏਗਾ, ਪੁੰਨ ਦਾਨ ਕਰੇਗਾ, ਧਾਰਮਿਕ ਸਥਾਨਾਂ 'ਤੇ ਸੋਨਾ ਚਾਂਦੀ ਭੇਟਾ ਕਰ ਰਿਹਾ ਹੋਏਗਾ। ਉਹਦਾ ਡਰ, ਉਹਦੇ ਅੰਦਰ ਦਾ ਸਹਿਮ ਉਹਨੂੰ ਭੱਜ ਨਾ ਸਪਾਏਗਾ। ਪਰ ਜਿਹੜਾ ਗੁਣਾਂ ਨਾਲ ਸੰਬੰਧ ਰੱਖਦਾ ਹੈ, ਗਿਆਨ ਨਾਲ ਸੰਬੰਧ ਰੱਖਦਾ ਹੈ, ਜਿਹੜਾ ਸੱਚ ਨਾਲ ਸੰਬੰਧ ਰੱਖਦਾ ਹੈ, ਉਹਨੂੰ ਕਾਹਦਾ ਡਰ। ਸੋ ਡਰੇ ਜੇ ਪਾਪ ਕਮਾਉਂਦਾ ਧਰਮੀ ਵਿਕਸੇਤ, ਵਿਕਸੇਤ ਦਾ ਅਰਥ ਹੈ ਖੁਸ਼ੀ, ਉਹ ਖੁਸ਼ ਹੈ ਅੰਦਰ ਉਹਦੀ ਟਿਕਿਆ ਹੋਇਆ। ਪ੍ਰਭ ਕੇ ਸਿਮਰਨ ਨਾ ਹੀ ਜਮ ਤਰਾਸਾ, ਉਹਨੂੰ ਕੋਈ ਇਹੋ ਜਿਹਾ ਡਰ ਨਹੀਂ ਆਉਂਦਾ। ਪ੍ਰਭ ਕੇ ਸਿਮਰਨ ਪੂਰਨ ਆਸਾ, ਕਿਉਂਕਿ ਵਾਹਿਗੁਰੂ ਜੀ ਦੀ ਮਿੱਠੀ ਯਾਦ, ਉਹਦੇ ਗੁਣਾਂ ਦਾ ਚਿੰਤਨ ਬੰਦੇ ਦੇ ਅੰਦਰ ਦੀ ਆਸ ਪੂਰੀ ਕਰ ਦਿੰਦਾ। ਪੂਰੀ ਆਸਾ ਜੀ, ਬਾਣੀ 'ਚ ਆਖਿਆ ਨਾ ਕਿ ਆਸਾ ਹੀ ਪੂਰੀ ਹੋ ਗਈ। ਹੁਣ ਅੰਦਰ ਇੱਕ ਆਸ ਸੀ ਕਿ ਜੀਵਨ ਸੋਹਣਾ ਬਣ ਜਾਏ, ਬਿਹਤਰ ਬਣ ਜਾਏ, ਪਰਉਪਕਾਰੀ ਬਣ ਜਾਏ, ਮੈਂ ਸੇਵਾਦਾਰ ਬਣ ਜਾਵਾਂ, ਮੇਰੀ ਇੱਜ਼ਤ ਪੱਤ ਰਹਿ ਜਾਏ, ਬਸ ਇਹ ਆਸ ਪੂਰੀ ਹੋ ਗਈ। ਪ੍ਰਭ ਕੇ ਸਿਮਰਨ ਮਨ ਕੀ ਮਲ ਜਾਏ, ਮਨ ਵਿੱਚ ਜਿਹੜੀ ਮੈਲ ਹੈ, ਖੋਟ ਹੈ, ਕਪਟ ਹੈ, ਪ੍ਰਪੰਚ ਹੈ, ਇਹ ਸਾਰੀ ਇਕੱਠੀ ਕੀਤੀ ਹੋਈ ਮੈਲ ਜਿਹੜੀ ਹੈ ਨਾ, ਇਹ ਗੁਣਾਂ ਨੂੰ ਅਪਣਾਇਆ, ਗੁਣਾਂ ਦਾ ਚਿੰਤਨ ਕੀਤਿਆਂ, ਕਰਤੇ ਦੇ ਸ਼ੁਭ ਗੁਣਾਂ ਦੀ ਪ੍ਰੈਕਟਿਸ ਕੀਤਿਆਂ ਅਪਣਾਇਆ, ਮਨ ਕੀ ਮਲ ਜਾਏ, ਹੋਰ ਕੋਈ ਤਰੀਕਾ ਨਹੀਂ ਹੈਗਾ। ਅੰਦਰ ਮੈਲ ਹੈ ਅਤੇ ਤੂੰ ਬਾਹਰ ਤੀਰਥਾਂ ਦੇ ਜਾਏਗਾ, ਨਹਾਏਗਾ, ਗੋਤੇ ਖਾਏਗਾ, ਅੰਦਰ ਨਹੀਂ ਉਹ ਕੋਈ ਫਰਕ ਪੈਣਾ। ਅੰਤਰ ਮਲ ਨਿਰਮਲ ਨਹੀਂ ਕੀਨਾ, ਬਾਹਰ ਭੇਖ ਉਦਾਸੀ, ਅੰਤਰ ਮੈਲ। ਜੇ ਤੀਰਥ ਨਾ ਵੈ ਤਿਸ ਬੈਕੁੰਠ ਨਾ ਜਾਣਾ, ਇੱਦਾਂ ਨਹੀਂ ਉਹ ਗੱਲ ਬਣਨੀ। ਅੰਦਰ ਪ੍ਰੋਬਲਮ ਹੈ, ਅੰਦਰ ਹੀ ਹੱਲ ਕਰ। ਸੁਣਿਆ ਮੰਨਿਆ ਮਨ ਕੀਤਾ ਭਾਓ, ਅੰਤਰ ਗਤ ਤੀਰਥ ਮਲ ਨਾਓ। ਮਹਾਰਾਜ ਅਖੀਰ 'ਚ ਵਿੱਚ ਜਾ ਕੇ ਕਹਿੰਦੇ ਨੇ, ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ, ਅੰਮ੍ਰਿਤ ਨਾਮ ਰਿਧ ਮਾਹੇ ਸਮਾਏ। ਅੰਮ੍ਰਿਤ ਨਾਮ ਦਾ ਅਰਥ ਹੈ ਮਨ ਨੂੰ ਆਤਮਕ ਤੌਰ 'ਤੇ ਜਿਹੜਾ ਰਸ ਪ੍ਰਦਾਨ ਕਰਨ ਵਾਲਾ ਹੈ, ਆਤਮਕ ਸਰੂਰ ਬਖਸ਼ਿਸ਼ ਕਰਨ ਵਾਲਾ ਹੈ, ਰਿਧ ਮਾਹੇ ਸਮਾਏ, ਹਿਰਦੇ ਦੇ ਵਿੱਚ ਸਮਾ ਜਾਂਦਾ ਹੈ। ਜਿਵੇਂ ਪਈਆਂ ਹੋਈਆਂ ਬੂੰਦਾਂ ਆਕਾਸ਼ੋਂ ਧਰਤੀ ਦੇ ਵਿੱਚ ਸਮਾ ਜਾਂਦੀਆਂ ਨੇ, ਇੱਕ ਸੁਰ ਹੋ ਜਾਂਦੀਆਂ ਨੇ, ਇੱਦਾਂ ਚੀਜ਼ ਸਮਾ ਜਾਏਗੀ, ਕੋਈ ਕੱਢ ਨਹੀਂ ਸਕੇਗਾ ਮੁੜ ਕੇ। ਨਿਰਮਲ ਬੂੰਦ ਆਕਾਸ਼ ਕੀ ਲੀਨੀ ਭੂਮ ਮਿਲਾਏ, ਅਨਕ ਸਿਆਣੇ ਪਚ ਗਏ ਨਾ ਨਿਰਵਾਰੀ ਜਾਏ, ਸਮਾ ਗਈ ਉਹ ਚੀਜ਼। ਗੁਰਦੇਵ ਕਹਿੰਦੇ ਨੇ ਪ੍ਰਭ ਜੀ ਬਸੇ ਸਾਧ ਕੀ ਰਸਨਾ, ਰੱਬ ਤਾਂ ਵਸਦਾ ਹੀ ਗੁਰੂ ਦੀ ਰਸਨਾ 'ਤੇ ਹੈ। ਸਾਧ ਦਾ ਅਰਥ ਹੈ ਗੁਰੂ, ਸਾਧੂ ਸਤਿਗੁਰੂ ਜੇ ਮਿਲੇ ਤਾਂ ਪਾਈਏ ਗੁਣੀ ਨਿਧਾਨ, ਗੁਣਾਂ ਦਾ ਖਜ਼ਾਨਾ ਕਰਤਾ ਮਿਲ ਜਾਏਗਾ ਜੇ ਤੂੰ ਸਾਧ ਦੀ ਰਸਨਾ ਨੂੰ ਧਿਆਨ ਨਾਲ ਸੁਣ ਲਵੇ। ਗੁਰੂ ਦੀ ਰਸਨਾ 'ਤੇ ਉੱਤੇ ਆਏ ਪਰਮੇਸ਼ਵਰ ਦੇ ਲਫ਼ਜ਼, ਉਹਦੀ ਸਿਫਤ ਸਲਾਹ, ਉਸ ਕਰਤੇ ਵਾਹਿਗੁਰੂ ਦੇ ਗੁਣਾਂ ਦਾ ਮੰਥਨ, ਇਹ ਧਿਆਨ ਨਾਲ ਕੰਨਾਂ ਨਾਲ ਸੁਣ, ਵੇਖੀ ਗੱਲ ਬਣਦੀ। ਭੱਟਾ ਨੇ ਆਖਿਆ ਨਾ, ਕਹਿੰਦੇ ਜਦੋਂ ਅਸੀਂ ਗੁਰੂ ਵੱਲੋਂ ਉਚਾਰਨ ਕੀਤੇ ਰਸਨਾ ਤੋਂ ਸ਼ਬਦ ਧਿਆਨ ਨਾਲ ਸੁਣੇ, ਇਹ ਗੁਰੂ ਦੀ ਰਸਨਾ 'ਤੇ ਰੱਬ ਬਹਿ ਗਿਆ ਆ ਕੇ। ਜੇ ਅਸੀਂ ਚਾਹੁੰਦੇ ਹਾਂ ਕਿ ਰੱਬ ਮੇਰੇ ਲਈ ਵੀ ਕੋਈ ਦੋ ਲਫ਼ਜ਼ ਕੱਢੇ, ਰੱਬ ਮੈਨੂੰ ਵੀ ਆ ਕੇ ਕੁਝ ਕਵੇ, ਭਰਾਵਾ ਆਹ ਕਰ ਲੈ ਸੌਖਾ ਤਰੀਕਾ, ਬਸ ਉਹ ਗੁਰੂ ਦੀ ਰਸਨਾ ਨੂੰ ਵਰਤ ਕੇ ਜਦੋਂ ਬੋਲਿਆ ਤੇ ਗੁਰੂ ਕਹਿੰਦਾ ਇਹ ਜ਼ਬਾਨ ਦਾ ਟੁਕੜਾ ਮੇਰਾ ਤੁਹਾਨੂੰ ਦਿਖ ਰਿਹਾ ਪਰ ਇਹ ਬੋਲ ਮੇਰੇ ਨਹੀਂ ਹੈਗੇ, ਹੁਣ ਆਪੋ ਬੋਲ ਨਾ ਜਾਣਦਾ, ਮੈਂ ਕਹਿਆ ਸਭ ਹੁਕਮਾ ਉਹ ਜੀਓ, ਜੈਸੀ ਮੈਂ ਆਵੇ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇਲਾ ਲੋ। ਤੇ ਸੁਣਨ ਵਾਲੇ 'ਚ ਕੀ ਫਰਕ ਪਏਗਾ ਹੁਣ, ਕੱਚੋ ਕੰਚਨ ਭਇਓ ਸ਼ਬਦ ਗੁਰ ਸ਼ਰਵਣੇ ਸੁਣਿਓ, ਗੁਰੂ ਦੇ ਕਹੇ ਸ਼ਬਦ ਕੰਨਾਂ ਨਾਲ ਸੁਣੇ ਜਦੋਂ ਕੱਚ ਤੋਂ ਕੰਚਨ ਹੋ ਗਏ, ਕਿੰਨਾ ਫਰਕ ਪੈ ਗਿਆ ਜੀਵਨ ਦੇ ਵਿੱਚ। ਜਿਸ ਅਕੀਦੇ ਨਾਲ ਸੁਣੇ ਨੇ, ਇਸ ਭਰੋਸੇ ਨਾਲ ਸੁਣੇ ਨੇ ਕਿ ਇਹ ਰੱਬ ਦੇ ਹੀ ਬੋਲ ਨੇ, ਇਹ ਕਰਤੇ ਦੀ ਸ਼ਬਦ ਨੇ, ਇਹ ਉਹਦੇ ਵੱਲੋਂ ਮੈਨੂੰ ਸੁਨੇਹਾ ਪਹੁੰਚਾ ਰਿਹਾ ਗੁਰੂ ਸਿਰਫ,
ਜੈਸਾ ਸਤਿਗੁਰੂ ਸੁਣੀਦਾ ਤੈਸਾ ਹੀ ਮੈਂ ਡੀਠ, ਤੈਸੂ ਹੀ ਮੈਂ ਡੀਠ, ਵਿਛੁੜਿਆ ਮੇਲੇ ਪ੍ਰਭੂ ਹਰ ਦਰਗਾਹ ਕਾ ਬਸੀਠ। ਕਿਉਂ ਕਹਿੰਦੇ ਹਰ ਕੇ ਦਰ ਵਰਤਿਆ ਸੋ ਨਾਨਕ ਆਖ ਸੁਣਾਇਆ। ਉਹਨੂੰ ਪਤਾ ਉੱਥੇ ਕੀ ਚੱਲਦਾ, ਉਹਨੂੰ ਕੀ ਪ੍ਰਵਾਨ ਹੈ, ਉਹਨੇ ਉਹ ਕੁਝ ਤੈਨੂੰ ਕਹਿਣਾ ਬਸ। ਹੁਣ ਅਸੀਂ ਕਿਸੇ ਦੇ ਘਰ ਜਾਣਾ ਹੋਵੇ ਅਤੇ ਸਾਨੂੰ ਟਿਕਾਣਾ ਨਹੀਂ ਪਤਾ, ਪਰ ਜਾਣਾ ਜ਼ਰੂਰੀ ਹੈ, ਉੱਥੇ ਮਿਲਣਾ ਜ਼ਰੂਰੀ ਹੈ, ਉਹਨੂੰ ਬੜਾ ਜ਼ਰੂਰੀ ਕੰਮ ਹੈ, ਜੀਵਨ ਮੁਕੰਮਲ ਹੀ ਤਾਂ ਸਮਝਾਂਗੇ। ਅਤੇ ਕੋਈ ਜੇ ਐਡਰੈਸ ਦੇਣ ਵਾਲਾ ਹੋਏਗਾ ਤਾਂ ਉਹ ਮੁਕੰਮਲ ਐਡਰੈਸ ਤਾਂ ਦੇਗਾ ਹੀ ਦੇਗਾ। ਮੈਂ ਅਕਸਰ ਉਦਾਹਰਣ ਦਿੰਦਾ, ਪਿੰਡਾਂ ਦੇ ਵਿੱਚ ਜਦੋਂ ਅਸੀਂ ਜਾਂਦੇ ਹੁੰਦੇ ਸਨ ਨਾ ਕਦੀ ਕਥਾ ਕਰਨ ਕਿਸੇ ਦੇ ਘਰ, ਉਹ ਸਾਨੂੰ ਪਤਾ ਨਹੀਂ ਹੁੰਦਾ ਸੀ ਐਡਰੈਸ ਕੀ ਹੈ। ਅੱਜ ਤਾਂ ਸੌਖਾ ਨਾ, GPS ਦੇ ਵਿੱਚ ਪਾ ਲਓ, ਪਹੁੰਚ ਕਰ ਲਓ। ਜਦੋਂ ਅਸੀਂ ਜਾਣਾ ਤਾਂ ਪਿੰਡ ਵਾਲਿਆਂ ਨੂੰ ਪੁੱਛਣਾ ਗਲੀ ਮੁਹੱਲੇ ਦੇ ਵਿੱਚੋਂ, ਕਿਉਂਕਿ ਅਗਲੇ ਨੇ ਆਖਿਆ ਹੁੰਦਾ ਸੀ ਮੋੜ 'ਤੇ ਚੱਕੀ ਆਏਗੀ, ਉੱਥੋਂ ਮੁੜ ਜਾਏਗਾ ਅੱਗੇ ਸਰਕਾਰੀ ਸਕੂਲ ਆਏਗਾ, ਇਉਂ ਘਰ ਪਹੁੰਚੇਗਾ, ਬੜਾ ਔਖਾ ਹੁੰਦਾ ਸੀ। ਹੁਣ ਉੱਥੇ ਕੋਈ ਬਜ਼ੁਰਗ ਬੈਠੇ ਹੁੰਦੇ ਸਨ ਦਰਖਤ ਦੇ ਥੱਲੇ, ਚੌਪਾਲ ਜਿੱਥੇ ਲੱਗਦੀ ਹੈ, ਉੱਥੇ ਉਹਨਾਂ ਨੂੰ ਪੁੱਛਣਾ ਬਜ਼ੁਰਗੋ ਫਲਾਣੇ ਦਰਸ਼ਨ ਸਿੰਘ ਦੇ ਘਰ ਜਾਣਾ, ਅਤੇ ਉਹਨਾਂ ਦੇ ਵਿੱਚੋਂ ਦੀ ਇੱਕ ਹੱਥ ਮਲ ਕੇ ਕਹਿੰਦਾ ਸੀ ਇਉਂ ਨਹੀਂ ਪਤਾ ਲੱਗਣਾ, ਉਹ ਮੈਂ ਤੁਹਾਨੂੰ ਧੁਰ ਤੱਕ ਹੀ ਛੱਡ ਆਵਾਂ। ਉਹ ਅੱਗੇ ਤੁਰ ਪੈਣਾ ਅਤੇ ਜਾਂ ਉਹਨੂੰ ਨਾਲ ਬਿਠਾ ਲੈਣਾ, ਉਹਨੇ ਘਰ ਦੇ ਦਰਵਾਜ਼ੇ ਤੱਕ ਛੱਡ ਕੇ ਆਉਣਾ ਕਿ ਕਿਤੇ ਫਿਰ ਨਾ ਭੁਲੇਖਾ ਖਾ ਜਾਇਓ। ਬਸ ਆਹ ਗੁਰੂ ਹੈ। ਗੁਰੂ ਕਹਿੰਦਾ ਮੈਂ ਤੂੰ ਚਾਹਤ ਰੱਖ, ਮੈਂ ਤੁਹਾਨੂੰ ਤੋੜ ਤੱਕ ਛੱਡ ਕੇ ਆਵਾਂਗਾ। ਤਾਂ ਹੀ ਤਾਂ ਬਾਣੀ ਦੇ ਵਿੱਚ ਦਰ ਅਤੇ ਘਰ ਦੀ ਗੱਲ ਗੁਰੂ ਨੇ ਕੀਤੀ ਹੈ, ਸੋ ਦਰ ਤੇਰਾ ਕਿਹਾ ਸੋ ਘਰ ਕਿਹਾ। ਫਿਰ ਉਹ ਐਡਰੈਸ ਹੀ ਨਹੀਂ ਪ੍ਰੋਵਾਈਡ ਕਰਦਾ, ਉਹ ਕਹਿੰਦਾ ਬਸ ਤੁਰਿਆ ਮੇਰੇ ਮਗਰ ਮਰਾ। ਮਹਾਰਾਜ ਨੇ ਇਸੇ ਕਰਕੇ ਹੁਕਮਨਾਮੇ 'ਚ ਆਖਿਆ, ਕਹਿੰਦੇ ਗੁਰੂ 'ਤੇ ਵਿਸ਼ਵਾਸ ਰੱਖ, ਗੁਰੂ ਦੇ ਪਿੱਛੇ ਪਿੱਛੇ ਕਦਮਾਂ ਨੂੰ ਨੋਟ ਕਰੀ ਚੱਲ, ਬਸ ਮਗਰ ਮਗਰ ਤੁਰੀ ਚੱਲ। ਜੋ ਗੁਰੂ ਕਹੇ ਸੋਈ ਫਲ ਮਾਨੋ, ਹਰ ਹਰ ਕਥਾ ਨਿਰਾਲੀ। ਸੋ ਗੁਰੂਦੇਵ ਮਹਾਰਾਜ ਅਖੀਰ 'ਚ ਕਹਿੰਦੇ ਨੇ ਪ੍ਰਭ ਜੀ ਬਸੇ ਸਾਧ ਕੀ ਰਸਨਾ, ਨਾਨਕ ਜਨ ਕਾ। ਹੇ ਨਾਨਕ, ਮੈਂ ਉਸ ਕਰਤੇ ਵਾਹਿਗੁਰੂ ਦਾ ਜਨ ਜਿਹੜਾ ਉਹਦਾ ਸੇਵਕ ਹੈ, ਜਿਹੜਾ ਸਭਨਾਂ ਨੂੰ ਇਹ ਉਪਦੇਸ਼ ਰੱਬ ਦਾ ਦੱਸ ਰਿਹਾ ਹੈ, ਜਨ ਕਾ ਦਾਸਨ ਦੱਸਣਾ, ਮੈਂ ਉਹਦਾ ਦੱਸ ਰਿਹਾ ਦਾ ਵੀ ਦਾਸ ਬਣ ਜਾਵਾਂ, ਇਹ ਤੇਰੇ ਚਰਨਾਂ 'ਚ ਅਰਦਾਸ ਹੈ। ਗੁਰੂ ਕਿਰਪਾ ਕਰੇ, ਬਖਸ਼ਿਸ਼ ਕਰੇ, ਆਓ ਉਸ ਕਰਤੇ ਵਾਹਿਗੁਰੂ ਦਾ ਜਿਹੜਾ ਪਿਆਰ ਵਾਲਾ ਜਨ ਦਾ ਸੇਵਕ ਗੁਰੂ ਹੈ, ਉਹ ਉਹਦੇ ਕਦਮਾਂ ਨੂੰ ਨੋਟ ਕਰੀਏ, ਉਹ ਜਿੱਧਰ ਤੁਰਿਆ ਉੱਧਰ ਨੂੰ ਆਪਣਾ ਜੀਵਨ ਤੋਰਨ ਦਾ ਯਤਨ ਕਰੀਏ। ਵਿਚਾਰਾਂ ਦੌਰਾਨ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਸਤਿਗੁਰੂ ਬਖਸ਼ਣ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।